ਆਏ ਬ੍ਰਹਮਾ ਜੋਤੀਓ ਜਮਣ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਏ ਹਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸੁਆਰੀ ਸਿਵਕਣ ਕੋ ਸਿਵ ਗੁਣ ਸੁਖ ਦਿਓ ਸਤਨੰ ਕੋ ਪਲਮੋ ਬਦ ਕੀਓ ਕਟਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਲ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਕੜ ਕੜ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇ ਤੇ ਬੰਧਨ ਸ੍ਰਿਸ਼ਟ ਸਭ ਧਾਰੇ ਆਪ ਆਪਣੇ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਦਾਰਮ ਜਾਂ ਬੇਦ ਭੇਦ ਅਰਿਆਲਮ ਨਿਰੰਕਾ ਨਿਰਭਕਾ ਨਿਰਲੰਬ ਆਦਲੀਲ ਨਾਦਯ ਸੰਭ ਤਾਂ ਕਾ ਮੂੜੇ ਉਚਾਰਤ ਭੇਦਾ ਜਾਂ ਕੋ ਭੇਵਣਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਲ ਕਾ ਚੀਨਤ ਨਹੀਂ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਣਾ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੂਪ ਸਰੂਪਾ ਰੰਗ ਭਿਓ ਰਾਮ ਕਈ ਭੂਪਾ ਅੰਡ ਜੇ ਰਜ ਸੇ ਤਜ ਕਿੰਨੀ ਉਠ ਬਜ ਖਾਣ ਬਹੁ ਰਚ ਦੀਨੀ ਕਉ ਫੂੜ ਰਾਜਾ ਹੋਏ ਬੈਠਾ ਕਉ ਸਿਮਟ ਭਿਓ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆ ਜੁਗਾ ਸਰੂਪ ਸੰਭਵ ਅਪਰਿਸ਼ਾ ਮੇਰੀ ਤੁਮ ਕਰੋ ਸੇਖਿਓ ਬਾਰਿਆ ਸਿੱਖ ਸੰਗਰ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੂ ਜੇ ਤਵ ਸ਼ਨੀ ਪਰੇ ਤਿਨਕੇ ਦੁਸ਼ਟ ਦੁਖ ਤੋਂ ਹੈ ਮਰੇ ਪੁਰਖ ਜਾਣ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ ਤਾਂ ਕਿ ਤਾਪ ਤਨਕ ਮੁਹਾਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਵੈ ਸਕੇ ਨਾ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲਾ ਫਾਸਤੇ ਤਾਏ ਅੰਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤਮੈ ਸ਼ਨ ਤਿਹਾਰੀ ਆ ਬਹਾ ਦੇ ਲਿਓ ਬਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਹੇ ਗਏ ਜਪ ਤੇ ਤੁਮਰੇ ਤਪ ਤੇ ਕੋ ਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਣ ਅਨੇਕ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੇ ਬੋ ਭੇਦ ਕਹੀਂ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਕਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗੇ ਹੋ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡ ਕੇ ਗੇ ਹੋ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਕਿਉਂਕਾ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੁ ਅਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਠੋ ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨੋ ਵੱਡ ਭਾਗੀਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵੈਸੂਰੇ ਦੁਖ ਰੋਗ ਸੰਤਾਪੀ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ, ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰ ਬਿਣਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰ ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਭ ਸੇ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ। ਇਹ ਵਸਤ ਜੀਨੇ ਜਾਏ ਨਿਤ ਨਿਤ ਰਾਖੇ ਔਰ ਧਾਰੋ, ਤੁਮ ਸੰਸਾਰ ਚਰਨ ਲਗ ਧਰੀਏ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੇ ਹਰਿਆ ਪੌੜੀ। ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਏ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਤੇਰੇ ਨਾਏ ਤੇਰੇ ਛੱਡ ਜਾਏ, ਭਵਜਲ ਵਿਖੇ ਭਵਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ, ਕਲ ਮੈਂ ਪੁੰਨ ਗੁਣ ਗੋਬਿੰਦ ਗਾਏ, ਸਭਸੇ ਨੋ ਕਿਰਪਾ ਸੰਭਾਲੇ ਸਾਏ ਸਾਏ। ਵਿਰਥਾ ਕੋਈ ਨਾ ਜਾਏ ਜੇ ਆਵੇ ਤਾਂ ਧਿਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰੀ ਆਰਾਧਨਾ ਜੇਵਾ ਜਪ ਗੁਨਾਉ, ਨੇਤੀ ਸਤਿਗੁਰ ਪੇਖਣਾ ਸਰਵਨੀ ਸੁਨਾ ਗੁਨਾਉ, ਸਤਿਗੁਰ ਸੇ ਤੀਰਥਿਆ ਦਰਗੇ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਜੇ ਦੇ, ਜਗ ਮੈਂ ਉਤਮ ਕਾਢੀਏ ਵਿਰਲੇ ਕੇ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪੇ ਵਾਰਿਆਂ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। ਹੁਆ ਆਪ ਦਿਆਲ ਮਨ ਨਾ ਵਸਾਰਿਆਂ, ਸਾਜਨਾ ਕੇ ਸੰਗ ਭਵਜ ਤਾਰਿਆਂ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ, ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਏ,
ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗੇ ਅਕਾਰੀ। ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਦੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਾਬ ਤੇਰਾ ਵਾਹਿਗੁਰੂ। ਕਹੋ ਨਾਨਕ ਸਾਬ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ। ਤੇਕ ਬਹਾਦਰ ਸਿਮਰੇ ਆਏ, ਕਰ ਨੌ ਨਿ ਦਿਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਮੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ, ਅਕਾਲ ਪੁਰਖ ਵਾਹਿਗੁਰੂ,
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦਿਆਂ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਦਰ ਘਰ ਦੀ ਸੇਵਕ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਕਮੇਟੀ ਨਗਰ ਮਾਲੋਵਾਲ ਇਲਾਕੇ ਦੀਆਂ ਸੰਗਤਾਂ ਰਲ ਮਿਲ ਕੇ 15ਵਾਂ ਮਹਾਨ ਗੁਰਮਤਿ ਸਮਾਗਮ ਸਮੂਹ ਸਿੱਖ ਜਰਨੈਲਾਂ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਆਰੰਭ ਕਰਨ ਲੱਗੇ ਹਨ ਸੱਚੇ ਪਾਤਸ਼ਾਹ ਜੀ। ਪਹਿਲੀ ਰਾਤਰੀ ਦੇ ਦੀਵਾਨ ਆਰੰਭ ਹੋਣ ਲੱਗੇ ਹਨ। ਆਪ ਜੀ ਦਿਆਂ ਮਹਾਨ ਸਥਾਨਾਂ 'ਤੇ ਸੱਚੇ ਪਾਤਸ਼ਾਹ ਜੀ ਰਮਤਾ ਵਿੱਚ ਸ੍ਰੀ ਰਹਿਰਾ ਸਾਹਿਬ ਜੀ ਦੀ ਗੁਰਬਾਣੀ ਦੇ ਜਾਪ ਹੋਏ ਹਨ। ਪੜ੍ਹੀ ਸੁਣੀ ਗੁਰਬਾਣੀ ਸੱਚਖੰਡ ਪ੍ਰਵਾਨ ਕਰਨੀ, ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਣੀ, ਆਰੰਭੇ ਹੋਏ ਸਮਾਗਮ ਆਪ ਅੰਗ ਸੰਗ ਸਹਾਈ ਹੋ ਕੇ ਸੰਪੂਰਨ ਕਰਾਉਣੇ, ਸਮਾਗਮਾਂ 'ਚ ਚੜ੍ਹਦੀ ਕਲਾ ਬਖਸ਼ਣੀ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਨੇ, ਹਰ ਮਦਾਨੇ ਫਤਿਹ ਬਖਸ਼ਣੀਆਂ, ਸੇਵਾਦਾਰਾਂ ਨੂੰ ਸੁੱਧ ਸਪਸ਼ਟ ਸੇਵਾ ਕਰਨ ਦੇ ਬਲ ਬਖਸ਼ਣੇ ਸੱਚੇ ਪਾਤਸ਼ਾਹ ਜੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਆਪ ਜੀ ਹੁਕਮਨਾਮੇ ਬਖਸ਼ੋ, ਹੁਕਮ 'ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਮਾਗਮ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ, ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮਹੇ, ਮੇਰਾ ਸਭੋ ਦੁੱਖ
ਗਵਾਏ ਜੀਉ। ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਪੇਟਿਓ ਵੱਡ ਭਾਗੀ, ਮਨਹੇ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਪੇਟਿਓ ਵੱਡ ਭਾਗੀ, ਮਨਹੇ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰ ਰਹਾਉ। ਅੰਤਰ ਜਾਮੀ ਕਰਣੈ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੋਈ ਹੈ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਕਮੇਟੀ ਅਤੇ ਸਮੂਹ ਨਗਰ ਮਾਲੋਵਾਲ ਹਰ ਸਾਲ ਦੀ ਤਰ੍ਹਾਂ 15ਵਾਂ ਮਹਾਨ ਗੁਰਮਤਿ ਸਮਾਗਮ ਸਰਬੱਤ ਦੇ ਭਲੇ ਲਈ ਸ਼ਹੀਦ ਸਿੰਘਾਂ ਅਤੇ ਜਰਨੈਲਾਂ ਦੀ ਸ਼ਹੀਦੀ ਨੂੰ ਸਮਰਪਿਤ ਪਹਿਲੀ ਰਾਤਰੀ ਦੇ ਦੀਵਾਨ ਆਰੰਭ ਹੋਣ ਲੱਗੇ ਹਨ। ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ, ਕਿਉਂਕਿ ਸਾਰੇ ਨਗਰ ਦੇ ਵਿੱਚ ਆਵਾਜ਼ ਜਾ ਰਹੀ ਹੈ, ਸਾਰੀਆਂ ਸੰਗਤਾਂ ਨਗਰ ਨਿਵਾਸੀ ਉਹ ਗੁਰੂ ਕੀ ਹਜ਼ੂਰੀ ਵਿੱਚ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ, ਕਿਉਂਕਿ ਗੁਰੂ ਕੇ ਪਿਆਰਿਓ ਆਪਾਂ ਨਗਰ ਵਾਲੇ ਪਹਿਲਾਂ ਆ ਕੇ ਬੈਠਾਂਗੇ ਅਤੇ ਇਲਾਕੇ ਵਾਲੇ ਲਾਗੇ ਨਗਰਾਂ ਵਾਲੇ ਫਿਰ ਹੀ ਆਉਣਗੇ ਨਾ। ਪਹਿਲਾਂ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਉਹ ਸਾਰੇ ਪਹੁੰਚੋ, ਕਿਰਪਾ ਹੈ ਗੁਰੂ ਦੀ ਸੰਗਤ ਆ ਰਹੀ ਹੈ। ਬਾਕੀ ਸੰਗਤ ਨੂੰ ਵੀ ਬੇਨਤੀ ਹੈ ਵੀ ਉਹ ਪਹੁੰਚਣ ਦੀ ਕਿਰਪਾਲਤਾ ਕਰੋ। ਹੁਣ ਆਰੰਭਤਾ ਹੋਣ ਲੱਗੀ ਹੈ, ਆਰੰਭਤਾ ਦੇ ਵਿੱਚ ਆਪਣੇ ਨਗਰ ਦੇ ਭਚੰਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ, ਉਪਰੰਤ 8 ਵਜੇ ਦੇ ਨਾਲ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਜੀ ਪਹੁੰਚ ਰਹੇ ਹਨ। 8 ਵਜੇ ਦੇ ਨਾਲ ਉਹਨਾਂ ਦਾ ਸਮਾਂ ਹੈ, ਉਹਨਾਂ ਚਿਰ ਤੱਕ ਆਪਣਾ ਹੀ ਸਮਾਂ ਹੈ। ਗੁਰੂ ਕੇ ਪਿਆਰਿਓ ਬੇਨਤੀ ਹੈ ਭਚੰਗੀ ਸਿੰਘਾਂ ਨੂੰ ਕਿ ਆਉਣ ਸਟੇਜ ਉੱਪਰ ਅਤੇ ਕੀਰਤਨ ਆਰੰਭ ਕਰਨ। ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਆ ਕਰਕੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਅਤੇ ਕੀਰਤਨ ਸਰਵਣ ਕਰੋ। ਇਹ ਸਭ ਨੇ ਬੇਨਤੀ ਪ੍ਰਵਾਨ ਕਰਨੀ। ਜਿਹੜੀ ਸੰਗਤ ਲੰਗਰ ਘਰ ਵਿੱਚ ਹੈ ਉਹਨਾਂ ਨੂੰ ਵੀ ਬੇਨਤੀ ਹੈ, ਪ੍ਰਬੰਧਕ ਜਿਹੜੇ ਸੇਵਾਦਾਰ ਉਹ ਰਹਿਣ। ਬਾਕੀ ਜਿਹੜੀ ਸੰਗਤ ਪ੍ਰਸ਼ਾਦਾ ਛਕ ਲੈਂਦੀ ਹੈ ਉਹ ਆ ਕੇ ਗੁਰੂ ਕੀ ਹਜ਼ੂਰੀ ਵਿੱਚ ਬੈਠੇ। ਵਾਧੂ ਕਿਸੇ ਨੇ ਵੀ ਸੜਕ ਦੇ ਉੱਤੇ ਨਹੀਂ ਘੁੰਮਣਾ ਅਤੇ ਨਾ ਹੀ ਇੱਧਰ ਉੱਧਰ ਫਿਰਨਾ ਹੈ। ਜਿੰਨੀ ਸੰਗਤ ਆਈ ਹੈ ਨਾ ਉਹ ਆ ਕੇ ਪੰਡਾਲ ਵਿੱਚ ਬੈਠੇ। ਨਾਲ ਬੇਨਤੀ ਹੈ ਕਿ ਆਵਾਜ਼ ਕੌਮ ਟੀਵੀ ਇਹ ਸਾਰਾ ਸਮਾਗਮ ਲਾਈਵ ਕਰ ਰਹੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਦੇਸ਼ ਅਤੇ ਵਿਦੇਸ਼ ਵਿੱਚ ਇਹ ਚੈਨਲ ਆਪ ਜੀ ਭਰ ਕੇ ਆਪਣੇ ਮੋਬਾਈਲ 'ਤੇ ਇਹ ਸਾਰਾ ਸਮਾਗਮ ਵੇਖ ਸਕਦੇ ਜੀ। ਅਤੇ ਦਾਸ ਦੀ ਫੇਸਬੁੱਕ ਉਹ ਵੀ ਚੱਲੇਗੀ ਨਾਲ ਨਾਲ,
ਜਿਨ੍ਹਾਂ ਕੋਲ ਉਹ ਹੋਵੇ ਤਾਂ ਉਹ ਵੀ ਵੇਖ ਸਕਦੇ ਆ। ਦੇਸ਼ ਵਿਦੇਸ਼ ਵਿੱਚ ਆਪਣੇ ਜਿਹੜੇ ਵੀਰ ਆ, ਕਿਉਂਕਿ ਉਹਨਾਂ ਦੀ ਹਰ ਵਾਰ ਮੰਗ ਰਹੀ ਆ ਇਹ ਸਾਨੂੰ ਵੀ ਸਮਾਗਮ ਜਿਹੜਾ ਲਾਈਵ ਦਿਸੇ, ਅਤੇ ਉਹ ਅੱਜ ਵੇਖ ਸਕਦੇ ਆ ਮੇਰੇ ਵੀਰ, ਇਹ ਬੇਨਤੀ ਪ੍ਰਵਾਨ ਕਰਨੀ। ਹੁਣ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਅਤੇ ਸਭ ਤੋਂ ਪਹਿਲਾਂ ਕੁਝ 10 ਮਿੰਟ ਵਾਹਿਗੁਰੂ ਦਾ ਜਾਪ ਹੋਵੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਨਾਲ ਪੜ੍ਹਨ ਦੀ ਕਿਰਪਾਲਤਾ ਕਰਨੀ ਹੈ। ਆਰੰਭਤਾ ਦੇ ਵਿੱਚ ਹੁਣ ਆਪਾਂ ਪਹਿਲਾਂ ਸਭ ਤੋਂ ਵਾਹਿਗੁਰੂ ਦਾ ਜਾਪ ਕਰਾਂਗੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜੋ ਸਾਰਿਆਂ ਮੰਤਰਾਂ ਤੋਂ ਵੱਡਾ ਮੰਤਰ ਹੈ, ਸ਼੍ਰੋਮਣੀ ਮੰਤਰ। ਸ਼੍ਰੋਮਣੀ ਮੰਤਰ ਦਾ ਆਪਾਂ ਜਾਪ ਕਰਨਾ ਹੈ, ਜਿਸ ਤੋਂ ਵੱਡਾ ਹੋਰ ਕੋਈ ਮੰਤਰ ਹੈਗਾ ਹੀ ਨਹੀਂ, ਨਾ ਕੋਈ ਬਣਿਆ ਹੈ ਅਤੇ ਨਾ ਕੋਈ ਬਣੇਗਾ। ਸੋ ਹੁਣ ਕੁਝ 10-15 ਮਿੰਟ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਹੈ, ਆਪ ਜੀ ਨੇ ਵੀ ਨਾਲ ਪੜ੍ਹਨਾ ਹੈ। ਕਾਕਾ ਗੁਰਸ਼ੀਤ ਸਿੰਘ ਨਾਲ ਤਬਲਾ ਵਜਾਉਣਗੇ ਅਤੇ ਨਾਲ ਵਾਹਿਗੁਰੂ ਦਾ ਸਿਮਰਨ ਹੋਵੇਗਾ। ਉਸ ਤੋਂ ਉਪਰੰਤ ਬਾਕੀ ਭਚੰਗੀ ਜਿਹੜੇ ਆ ਇਹ ਆਪ ਜੀ ਨੂੰ ਸ਼ਬਦ ਸਰਵਣ ਕਰਵਾਉਣਗੇ। ਆਓ ਸਾਰੇ ਜਾਣੇ ਪ੍ਰੇਮ ਸਤਿਕਾਰ ਦੇ ਨਾਲ ਸ਼ਬਦ ਸਰਵਣ ਕਰੀਏ। ਇਹ ਸਾਰੇ ਭਚੰਗੀ ਰੋਜ਼ਾਨਾ ਗੁਰੂ ਘਰ ਆ ਕੇ ਹਰਮੋਨੀਅਮ ਤਬਲਾ ਅਤੇ ਗੁਰਬਾਣੀ ਦੀ ਸੰਥਿਆ ਕਰਦੇ ਆ। ਸੋ ਉਹ ਆਪ ਜੀ ਨੂੰ ਹੁਣ ਸ਼ਬਦ ਸਰਵਣ ਕਰਵਾਉਣੇ ਉਹਨਾਂ 8 ਵਜੇ ਤੱਕ। ਆਓ ਫਤਿਹ ਬੁਲਾਈਏ ਅਤੇ ਸਿਮਰਨ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ।
ਸਾਰੀ ਸੰਗਤ ਪੜੋ ਜੀ। ਸਤਿ ਨਾਮ ਵਾਹਿਗੁਰੂ, ਸਤਿ ਨਾਮ।
ਹੁਣ ਪਹਿਲੇ ਸਮਿਆਂ ਦੇ ਵਿੱਚ ਜਿੰਨੇ ਵੀ ਇਲਮ ਸੀ, ਮੰਤਰ ਸੀ, ਗਾਇਤਰੀ ਮੰਤਰ ਹੈ, ਉਹ ਸਾਰੇ ਇੱਕ ਤੇ ਹੈਗੇ ਸੀਗੇ, ਪੜ੍ਹਨ ਵਿੱਚ ਮਹਿੰਗੇ, ਤੇ ਬਾਕੀ ਉਹ ਲੰਬੇ ਸੀਗੇ, ਨਹੀਂ ਸੀ ਅਨਪੜ੍ਹ ਬੰਦੇ ਨੂੰ ਆਉਂਦੇ, ਪੜ੍ਹਿਆ ਨੂੰ ਵੀ ਆਉਂਦੇ ਸਨ। ਪਰ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਵੀ ਜਿਹੜਾ ਨਹੀਂ ਵੀ ਪੜ੍ਹਿਆ ਉਹ ਵੀ ਸਫਲ ਹੋ ਜਾਵੇਗਾ ਜੇ ਗੁਰਮੰਤਰ ਦਾ ਸਿਮਰਨ ਕਰੇਗਾ। ਗੁਰਮੰਤਰ ਦੀਆਂ ਬਰਕਤਾਂ ਇਹਨੂੰ ਕੋਈ ਛੋਟਾ ਨਾ ਸਮਝ ਲਵੇ ਵੀ ਇਹ ਛੋਟੇ ਚਾਰ ਅੱਖਰ ਹੀ ਹਨ। ਵੇਖੋ ਇੱਕ ਬੋਰਡ ਹੁੰਦਾ ਨਾ, ਬੋਰਡ ਉਹਦੀ ਛੋਟੀ ਜਿਹੀ ਗੋਲ ਹੁੰਦੀ, ਉਹਦੇ ਵਿੱਚ ਉਹਦੇ ਕਿੰਨੇ ਬੀਜ ਹੁੰਦੇ ਆ, ਨਿੱਕੇ ਨਿੱਕੇ ਬੋਰਡ ਦੀ ਗੋਲ ਵਿੱਚ ਅਨੇਕਾਂ ਹੀ ਬੀਜ ਹੁੰਦੇ ਆ। ਉਹ ਇੱਕ ਬੀਜ ਤੋਂ ਪੌਦਾ ਬਣਦਾ ਤੇ ਕਿੱਡਾ ਤਗੜਾ ਬੋਰਡ ਬਣ ਜਾਂਦਾ ਹੈ। ਵਾਹਿਗੁਰੂ ਦਾ ਚਾਰ ਅੱਖਰਾਂ ਦਾ ਜਾਪ ਹੈ ਤੇ ਜਿਹੜਾ ਕਰਨ ਵਾਲਾ ਹੈ ਨਾ ਉਹ ਇੱਕਮਿਕ ਹੀ ਹੋ ਜਾਂਦਾ ਹੈ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ। ਜਿਵੇਂ ਜਲ ਵਿੱਚੋਂ ਤਰੰਗਾਂ ਉੱਠਦੀਆਂ ਹਨ, ਵੱਖਰੀਆਂ ਦਿਸਦੀਆਂ ਹਨ, ਤਰੰਗਾਂ ਜਦੋਂ ਉੱਠਦੀਆਂ ਹਨ ਫਿਰ ਉਸੇ ਜਲ ਵਿੱਚ ਹੀ ਸਮਾ ਜਾਂਦੀਆਂ ਹਨ। ਬੁਲਬਲਾ ਪਾਣੀ ਵਿੱਚੋਂ ਬਣਦਾ ਤੇ ਪਾਣੀ ਵਿੱਚ ਹੀ ਰਹਿ ਜਾਂਦਾ ਹੈ, ਪਾਣੀ ਵਿੱਚ ਪਾਣੀ ਮਿਲ ਕੇ ਇੱਕ ਮਿਕ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਵੀ ਗੁਰਮੰਤਰ ਦਾ ਸਿਮਰਨ ਕਰਦਾ ਹੈ ਨਾ ਉਹ ਪਰਮੇਸ਼ਰ ਦੇ ਨਾਲ ਇੰਨ ਭਿੰਨ ਹੋ ਜਾਂਦਾ ਹੈ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਫੁਰਮਾਨ ਕਰਦੇ ਵੀ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ। ਕਲਗੀਧਰ ਪਾਤਸ਼ਾਹ ਜੀ ਫੁਰਮਾਨ ਕਰਦੇ ਆ ਚੌਪਈ ਸਾਹਿਬ ਜੀ ਦੇ ਜਾਪ ਵਿੱਚ, ਆਪ ਜੀ ਨੇ ਉਚਾਰਨ ਕੀਤਾ ਸ੍ਰੀ ਰਹਿਰਾ ਸਾਹਿਬ ਜੀ ਦੇ ਜਾਪ ਅੰਦਰ। ਜਿਹੜਾ ਵੀ ਗੁਰਬਾਣੀ ਪੜ੍ਹਦਾ ਹੈ, ਮਨ ਲਾ ਕੇ ਸਿਮਰਨ ਕਰਦਾ ਹੈ, ਉਹ ਆਖਰ ਨੂੰ ਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ, ਇੰਨ ਭਿੰਨ ਹੋ ਜਾਂਦਾ ਹੈ, ਕੋਈ ਫਰਕ ਨਹੀਂ ਰਹਿੰਦਾ। ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਨੂੰ ਬੜੇ ਵਾਰ ਦਿੱਤੇ ਹਨ, ਖਾਲਸਾ ਮੇਰੀ ਜਾਨ ਕੀ ਜਾਨ, ਕਿਸੇ ਨੇ ਨਹੀਂ ਹੋਰ ਆਖਿਆ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਬੜੀਆਂ ਬਰਕਤਾਂ ਦਿੱਤੀਆਂ ਹਨ, ਬੜੀਆਂ ਵਡਿਆਈਆਂ ਦਿੱਤੀਆਂ ਹਨ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੁਰਮੰਤਰ ਦਿੱਤਾ ਹੈ, ਮੂਲ ਮੰਤਰ ਦਿੱਤਾ ਹੈ, ਮਾਲਾ ਮੰਤਰ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਹੈ, ਜਿਸ ਨੂੰ ਪੜ੍ਹ ਕੇ ਤੇ ਸਰਵਣ ਕਰਕੇ ਦੂਸਰਾ ਪੜ੍ਹਦਾ ਹੈ ਉਹਦੇ ਕੋਲੋਂ ਮਨ ਲਾ ਕੇ ਆਪਾਂ ਸਿਮਰਨ ਸੁਣ ਵੀ ਲਵਾਂਗੇ ਨਾ ਤੇ ਸਫਲ ਹੋ ਜਾਵਾਂਗੇ। ਮਹਾਰਾਜ ਕਹਿੰਦੇ ਜਿਹੜਾ ਸੁਣਨ ਵਾਲਾ ਹੈ ਨਾ ਉਹਦੇ ਬਾਰੇ ਮਹਾਰਾਜ ਜੀ ਕਹਿੰਦੇ ਪਵਿੱਤਰ 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 ਪੁਨੀਤ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਤਿੰਨ ਵਾਰੀ ਪਵਿੱਤਰ 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 ਕਹੀਏ ਫਿਰ ਪੁਨੀਤ ਬਣਦਾ,
ਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣ ਤੇ ਪੁਨੀਤ, ਕਹਿਤੇ ਪਵਿੱਤਰ, ਕਹਿਣ ਵਾਲਾ ਪਵਿੱਤਰ ਤੇ ਸੁਣਨ ਵਾਲਾ ਪੁਨੀਤ ਹੈ। ਤਿੰਨ ਵਾਰੀ ਪਵਿੱਤਰ 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 ਕਹੀਏ ਫਿਰ ਪੁਨੀਤ, ਪਵਿੱਤਰ 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 ਪੁਨੀਤ, ਤੇ ਮਹਾਰਾਜ ਸੁਣਨ ਵਾਲੇ ਨੂੰ ਕਹਿੰਦੇ ਪੁਨੀਤ। ਸੁਣ ਤੇ ਪੁਨੀਤ, ਕਹਿਤੇ ਪਵਿੱਤਰ, ਇਸ ਕਰਕੇ ਸੁਣਨ ਦਾ ਬਹੁਤਾ ਵੱਡਾ ਲਾਹਾ ਹੈ। ਤੇ ਆਪਾਂ ਹੁਣ ਬੱਚਿਆਂ ਦੇ ਕੋਲੋਂ ਕੀਰਤਨ ਸਰਵਣ ਕਰਨਾ, ਉਸ ਤੋਂ ਉਪਰੰਤ ਹਜੂਰੀ ਰਾਗੀ ਭਾਈ ਦਵਿੰਦਰ ਸਿੰਘ ਜੀ ਪਹੁੰਚ ਰਹੇ ਆ, ਉਸ ਤੋਂ ਉਪਰੰਤ ਭਾਈ ਮਨਦੀਪ ਸਿੰਘ ਜੀ ਮੁਰੀਦ ਕਥਾ ਵਾਚਕ ਪਹੁੰਚ ਰਹੇ ਆ, ਸਾਰਿਆਂ ਦੇ ਕੋਲੋਂ ਆਪਾਂ ਗੁਰੂ ਦਾ ਜਸ ਸਰਵਣ ਕਰਨਾ ਹੈ ਤੇ ਹਿਰਦੇ ਦੇ ਵਿੱਚ ਵਸਾ ਕੇ ਜੀਵਨ ਜਾਚ ਸਿੱਖ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਉਣਾ ਹੈ। ਸੋ ਆਓ ਹੁਣ ਇਹ ਭਚੰਗੀ ਸਿੰਘ ਜਿਹੜੇ ਹਨ ਇਹ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ। 8 ਵਜੇ ਤੱਕ ਦਾ ਸਮਾਂ ਹੈ ਸਾਡਾ, 8 ਵਜੇ ਤੱਕ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਜੀ। ਆਓ ਇਹਨਾਂ ਦੇ ਪਾਸੋਂ ਪ੍ਰੇਮ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਗੁਣੀ ਨਿਦਾਨ ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ। ਪੂਰੇ ਖੇ
ਸਭ ਪੈਸ ਹਾਈ ਸਤਿਗੁਰ ਚੇਤੇ ਆਏ
ਸਤਿਗੁਰ ਮਿਲੀਐ ਅੰਤਰ ਰਾਵ ਦਮ 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 ਦਮ।
Thank you.
ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਅਬਲੇ ਹਾਰੀ ਸਤਿਗੁਰ ਚਰਨਾ, ਅਬਲੇ ਹਾਰੀ ਸਤਿਗੁਰ ਚਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, 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 ਅਬਲ ਹਾਰੀ ਸਤਿਗੁਰ ਚਰਨਾ, ਅਬਲ ਹਾਰੀ ਸਤਿਗੁਰ ਚਰਨਾ, ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਦਰਸ਼ਨ ਕਰਨਾ, ਸੱਚ ਮੰਤਰ ਤੁਮਾਰਾ ਤਾਂ ਅੰਮ੍ਰਿਤ ਮਾਣੀ,
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਹੁਣ ਅੱਜ ਛੋਟੀ ਜਿਹੀ ਬੱਚੀ ਹੈ ਸਗਨਪ੍ਰੀਤ ਕੌਰ, ਇਹਨੇ ਆਪ ਜੀ ਨੂੰ ਕਵਿਤਾ ਸਰਵਣ ਕਰਵਾਉਣੀ ਹੈ। ਸਟੇਜ 'ਤੇ ਕਾਫੀ ਸਮੇਂ ਦੀ ਬੈਠੀ ਹੈ, ਸੋ ਆਓ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੋ ਜੀ। ਸਰਦਾਰ ਹਰਭਜਨ ਸਿੰਘ ਜੀ ਬਿਜਲੀ ਵਾਲੇ, ਤਿੰਨਾਂ ਦੀ ਇਹ ਦੋਹਤਰੀ ਹੈ। ਬੜਾ ਹੌਂਸਲਾ ਹੈ, ਛੋਟੀ ਜਿਹੀ ਬੱਚੀ ਹੈ ਸਟੇਜ ਦੇ ਉੱਪਰ ਆ ਕੇ ਅਤੇ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੀ ਹੈ। ਬੜਾ ਵੱਡਾ ਤਗੜਾ ਜੇਰਾ ਹੈ, ਕਿਉਂਕਿ ਛੋਟੀ ਗੱਲ ਨਹੀਂ ਕਿ ਛੋਟਾ ਜਿਹਾ ਬੱਚਾ ਚੜ੍ਹ ਕੇ ਸਟੇਜ 'ਤੇ ਕਹੇ ਵੀ ਮੈਂ ਵੀ ਕੁਝ ਬੋਲਣਾ, ਕਿਉਂਕਿ ਇੱਥੇ ਵੱਡੇ ਵੱਡੇ ਵੀ ਜਿਹੜੇ ਹੁੰਦੇ ਨਾ ਉਹ ਵੀ ਸਮੇਂ ਸਿਰ ਆ ਕੇ ਡਰ ਜਾਂਦੇ ਆ। ਇੱਕ ਵਾਰੀ ਕਹਿੰਦੇ ਵੀ ਕਿਸੇ ਨੇ ਨਾ ਕਿਤੇ ਕੋਈ ਆਪਣਾ ਭਾਸ਼ਣ ਦੇਣਾ ਸੀਗਾ, ਅਤੇ ਉਹ ਕਹਿੰਦਾ ਵੀ ਮੈਂ ਕਦੀ ਕਿਤੇ ਬੋਲਿਆ ਨਹੀਂ, ਵੀ ਕੀ ਕਰਾਂ, ਮੈਨੂੰ ਸਾਹਮਣੇ ਜੇ ਵੇਖ ਕੇ ਸੰਗਤ 'ਤੇ ਡਰ ਆ ਜਾਂਦਾ। ਉਹਨੂੰ ਕਿਸੇ ਨੇ ਕਿਹਾ ਵੀ ਚੱਲ ਤੂੰ ਇੱਦਾਂ ਕਰ, ਜਾਂ ਛਪੈਦੇ ਸਮਝ ਲਾ ਵੀ ਸਾਰੇ ਬੰਦੇ ਹੀ ਬੈਠੇ ਆ, ਅਤੇ ਇਹਨਾਂ ਨੂੰ ਸੁਣਾ ਸੁਣਾ ਕੇ ਅਤੇ ਤੂੰ ਆਪਣਾ ਭਾਸ਼ਣ ਜਿਹੜਾ ਨਾ
ਉਹ ਪੱਕਾ ਕਰ ਲਾ, ਏਦਾਂ ਹੀ ਆ ਕੇ ਤੇ ਫਿਰ ਪੱਕਾ ਅਗਾੜੀ ਜਸਣਾ ਦੇਈ। ਉਹ ਬੜਾ ਚਿਰ ਲੱਗਾ ਰਿਹਾ, ਕਾਫੀ ਸਮਾਂ ਲੱਗਾ ਰਿਹਾ, ਸਪਹੀਦਿਆਂ ਨੂੰ ਸੁਣਾਉਂਦਾ ਰਿਹਾ, ਜਿਹੜੀਆਂ ਗੱਲਾਂ ਕਰਨੀਆਂ ਸੀ ਕਰਦਾ ਰਿਹਾ। ਜਦੋਂ ਸਟੇਜ 'ਤੇ ਸਮਾਂ ਆਇਆ, ਸਾਹਮਣੇ ਸੰਗਤ ਵੇਖੀ, ਤੇ ਗਾੜੀ ਗੱਲ ਹੀ ਨਾ ਆਵੇ ਕੋਈ। ਲਾਗਲਾ ਸੈਕਟਰੀ ਕਹਿੰਦਾ ਵੀ ਕੁਝ ਬੋਲ। ਕਹਿੰਦਾ ਬੋਲਣਾ ਕੀ, ਸੰਗਤ ਸੰਗਤ ਹੁੰਦੀ, ਛਪਾਈਦੇ ਹੁੰਦੇ ਆ, ਕੁਝ ਸਮਝ ਹੀ ਨਹੀਂ ਆਉਂਦੀ ਕੀ ਕਵਾਂ ਮੈਂ। ਤੇ ਇਸ ਤਰ੍ਹਾਂ ਕਈ ਵਾਰੀ ਵੱਡਿਆਂ ਨੂੰ ਵੀ ਸਮੇਂ ਸਿਰ ਆ ਕੇ ਤੇ ਨਹੀਂ ਪਤਾ ਲੱਗਦਾ, ਜਦੋਂ ਮੈਕ ਦੇ ਅੱਗੇ ਬਹਿ ਜਾਈਏ ਜਿਹੜਾ ਆਉਂਦਾ ਉਹ ਵੀ ਭੁੱਲ ਜਾਂਦਾ। ਤੇ ਬੜਾ ਤਗੜਾ ਜੀਰਾ ਵੀ ਛੋਟੀ ਜੀ ਬਚੀ ਹੈ, ਵੇਖੋ ਕਿੰਨੇ ਪ੍ਰੇਮ ਸਤਿਕਾਰ ਦੇ ਨਾਲ ਉਦੋਂ ਦੀ ਬੈਠੀ ਹੈ ਵੀ ਕਵਿਤਾ ਬੋਲਣੀ ਹੈ ਤੇ ਬੋਲਣੀ ਵੀ ਮੈਂ ਸਾਰੀ ਹੈ। ਆਓ ਆਪਾਂ ਇਹਦੇ ਕੋਲੋਂ ਸਾਰੀ ਕਵਿਤਾ ਨੂੰ ਸਰਵਣ ਕਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਕਾ ਗੇਸ, ਕੱਕਾ ਕੰਗਾ, ਕੱਕਾ ਕਪਾਨ, ਕੱਕਾ ਕੜਾ, ਕੱਕਾ ਕਪਾਨ, ਕੱਕਾ ਗਿਸ਼ੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਪੰਜ ਕਕਾਰ ਜਿਨ੍ਹਾਂ ਦੇ ਨਾਮ ਆਪ ਜੀ ਨੇ ਸਰਵਣ ਕੀਤੇ ਹਨ, ਵੇਖੋ ਕਈਆਂ ਨੂੰ ਨਹੀਂ ਪਤਾ ਹੋਣਾ ਜੀ, ਕਈ ਵਾਰ ਕਈਆਂ ਨੂੰ ਨਹੀਂ ਪਤਾ ਹੁੰਦਾ ਕਕਾਰਾਂ ਬਾਰੇ ਵੀ। ਸਾਰੇ ਕੱਕੇ 'ਤੇ ਹੀ ਸਰਵਣ ਕਰਾਏ ਆ ਚੇਤੇ ਕਰਕੇ, ਕੱਕਾ ਕਿਰਪਾਨ, ਕੱਕਾ ਕੰਘਾ, ਕੱਕਾ ਕੜਾ, ਕੱਕਾ ਕਸ਼ਹਿਰਾ, ਕੱਕਾ ਕੇਸ। ਸਾਧ ਸੰਗਤ ਜੀ, ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਹੈ ਸਿੱਖ ਨੂੰ, ਸਿੰਘ ਨੂੰ, ਕਿ ਜਿਵੇਂ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਨਾ ਹੈ ਨਾ, ਏਦਾਂ ਹੀ ਆਪਣੇ ਕਕਾਰਾਂ ਦਾ ਵੀ ਸਤਿਕਾਰ ਕਰਨਾ ਹੈ, ਕਿਰਪਾਨ ਦਾ ਵੀ ਇਸੇ ਤਰ੍ਹਾਂ ਸਤਿਕਾਰ ਕਰਨਾ, ਮੱਥਾ ਟੇਕਣਾ ਹੈ ਕਿਰਪਾਨ ਨੂੰ। ਇਸੇ ਤਰ੍ਹਾਂ ਕੇਸਾਂ ਦਾ ਸਤਿਕਾਰ ਕਰਨਾ ਹੈ, ਕੇਸ ਸੁੱਟਣੇ ਨਹੀਂ। ਕੇਸ ਜਦੋਂ ਆਪਾਂ ਹਰੇ ਕਰਦੇ ਹਾਂ ਨਾ, ਬਾਅਦ ਵਿੱਚ ਆਪਾਂ ਕੰਘਾ ਕਰਦੇ ਹਾਂ ਤੇ ਉਹ ਜਿੰਨੇ ਵੀ ਕੇਸ ਆ ਨਾ, ਉਹਨਾਂ ਸਾਰਿਆਂ ਦਾ ਸਸਕਾਰ ਕਰਨਾ ਹੈ, ਅੱਗ ਦੇ ਵਿੱਚ ਭੇਟ ਕਰਨੀ, ਅੱਗ ਨੂੰ ਭੇਟ, ਗਲੀਆਂ ਬਾਜ਼ਾਰਾਂ 'ਚ ਨਹੀਂ ਸੁੱਟਣੇ, ਰੁੜਨ ਨਾ, ਕਿਉਂਕਿ ਅੰਮ੍ਰਿਤ ਪਿਆਏ ਇਹ ਮੋਹਰ ਹੈ। ਇਸ ਕਰਕੇ ਦਾ ਸਤਿਕਾਰ ਕਰਨਾ ਕੇਸਾਂ ਦਾ, ਜਿਵੇਂ ਗੁਰੂ ਦਾ ਕਰਦੇ ਹਾਂ ਉੱਦਾਂ ਹੀ ਕੇਸਾਂ ਦਾ ਸਤਿਕਾਰ ਕਰਨਾ, ਉੱਦਾਂ ਹੀ ਤਲਵਾਰ ਦਾ, ਕਿਰਪਾਨ ਦਾ, ਕੜੇ ਦਾ, ਕੰਘੇ ਦਾ ਸਤਿਕਾਰ ਇਸੇ ਤਰ੍ਹਾਂ ਹੀ ਕਰਨਾ ਹੈ ਕਕਾਰਾਂ ਦਾ ਵੀ। ਹੁਣ ਕਈ ਵਾਰ ਕਈਆਂ ਨੂੰ ਨਹੀਂ ਪਤਾ, ਉਹ ਕਈ ਵੇਚ ਦਿੰਦੇ ਆ ਆਪਣੇ ਕੇਸ, ਵੇਚ ਦਿੰਦੇ ਆ ਕਈ ਜਾਣੇ ਜਿਹੜੇ ਕੇਸ ਆ ਉਹ ਵਾਹ ਕੇ ਜਿੱਥੇ ਆਪਣੇ ਸਿੱਧੇ ਕਰਦੇ ਉੱਥੇ ਹੀ ਸੁੱਟ ਦਿੰਦੇ ਆ। ਉਹ ਕਹਿੰਦੇ ਵੀ ਇਹ ਹੁਣ ਲੱਥ ਗਿਆ, ਇਹਨਾਂ ਦਾ ਕੋਈ ਕੰਮ ਨਹੀਂ। ਨਹੀਂ, ਸਤਿਕਾਰ ਮਹਾਰਾਜ ਕਹਿੰਦੇ ਉਹ ਲੱਥ ਕੇ ਵਿਆਹ ਨਾਲੋਂ, ਤਾਂ ਵੀ ਸਤਿਕਾਰ ਕਰਨਾ, ਸਸਕਾਰ ਕਰਨਾ ਉਹਨਾਂ ਦਾ, ਸੁੱਟਣੇ ਨਹੀਂ, ਰੁਲਣ ਨਾ, ਕਿਉਂਕਿ ਕਲਗੀ ਵਾਲੇ ਦੀ ਮੋਹਰ ਹੈ। ਤੇ ਜਿਹੜਾ ਮੋਹਰ ਹੀ ਗਵਾ ਬਹਿੰਦਾ ਹੈ ਨਾ, ਤੇ ਉਹ ਨਹੀਂ ਜੇ ਚੱਲਦਾ, ਜੇ ਤੇ ਮੋਹਰ ਨਾ ਲੱਗੀ ਹੋਵੇ ਉਹ ਕਾਗਜ਼ ਪੱਤਰ ਕੋਈ ਨਹੀਂ ਚੱਲਦਾ। ਤੇ ਜਿਹੜਾ ਮੋਹਰ ਹੀ ਗਵਾ ਲਵੇ ਤੇ ਪਿੱਛੇ ਕੀ ਰਹਿ ਗਿਆ, ਫਿਰ ਖਾਲੀ ਕਾਗਜ਼ ਨਹੀਂ ਚੱਲਣਾ। ਇਸ ਕਰਕੇ ਸਤਿਕਾਰ ਕਰਨਾ ਹੈ ਕੇਸਾਂ ਦਾ, ਤਲਵਾਰ ਦਾ। ਹੁਣ ਕਈ ਜਾਣੇ ਪ੍ਰਚਾਰਕ ਪ੍ਰਚਾਰ ਕਰਦੇ ਆ,
ਨਿਸ਼ਾਨ ਸਾਹਿਬ ਨੂੰ ਫਤਿਹ ਨਹੀਂ ਬੁਲਾਉਣੀ, ਮੱਥਾ ਨਹੀਂ ਟੇਕਣਾ, ਇਹ ਥੜੇ ਨੂੰ ਮੱਥਾ ਟੇਕਦੇ ਆ। ਸਤ ਸੰਗਤ ਜੀ, ਨਾ ਥੜੇ ਨੂੰ ਸਿੱਖ ਮੱਥਾ ਟੇਕਦਾ, ਨਾ ਪੈਪ ਨੂੰ ਟੇਕਦਾ, ਉੱਤੇ ਖੰਡਾ ਲੱਗਾ, ਉੱਪਰ ਖੰਡਾ ਲੱਗਾ ਹੈ ਨਾ, ਖੰਡੇ ਨੂੰ ਮੱਥਾ ਟੇਕਣਾ ਆਪਣਾ ਫਰਜ਼ ਹੈ। ਉਹ ਆਪਾਂ ਸੋਚ ਲੈਂਦੇ ਵੀ ਲੈ ਵੀ ਕਿੰਨੀ ਖੋਜ ਕੀਤੀ ਇਹਨੇ, ਵਾਕਿਆ ਹੀ ਨਹੀਂ ਚਾਹੀਦਾ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਸਤਿਕਾਰ ਕਰਨਾ ਸ਼ਸਤਰਾਂ ਦਾ, ਤੇ ਨਿਸ਼ਾਨ ਸਾਹਿਬ ਤੇ ਖੰਡਾ ਲੱਗਾ ਹੈ, ਇਸੇ ਖੰਡੇ ਨੇ ਰਕਸ਼ਾ ਕੀਤੀ ਹੈ, ਬਾਬੇ ਦੀਪ ਸਿੰਘ ਨੇ ਖੰਡਾ ਵਾਹਿਆ ਹੈ। ਤਲਵਾਰ ਨੂੰ ਵੀ ਸੱਚੇ ਪਾਤਸ਼ਾਹ ਕਹਿੰਦੇ ਜਿੱਤੇ ਸ਼ਸਤਰ ਨਾਮੰਗ, ਜਿੰਨੇ ਵੀ ਸ਼ਸਤਰਾਂ ਦੇ ਨਾਮ ਨਮਸਕਾਰ ਤਾਮੰਗ, ਜਿੱਤੇ ਅਸਤਰ ਭੇਅੰਗ ਨਮਸਕਾਰ ਤਿਅੰਗ, ਤੀਰੋ ਤਫੰਗੋ ਵੱਡੋ ਰਾਮ ਜੰਗੋ, ਧਨੁਖ ਤਰ ਅਣੀਅਰ ਕਮੰਦ ਕੋਰੜਾ, ਪੰਜ ਸ਼ਸਤਰ ਪ੍ਰਵਾਨ। ਹੁਣ ਤਾਂਹੀਓ ਤਾਂ ਕਹਿੰਦੇ ਵੀ ਦਸਮ ਦੀ ਬਾਣੀ ਜਿਹੜੀ ਆ ਵੀ ਉਹ ਨਹੀਂ ਸਹੀ, ਪੜ੍ਹਨੀ ਆਉਂਦੀ ਨਹੀਂ, ਅਰਥ ਕਰਨੇ ਆਉਂਦੇ ਨਹੀਂ, ਕਿਉਂਕਿ ਉਹਦੇ ਵਿੱਚ ਤੇ ਮਹਾਰਾਜ ਕਹਿੰਦੇ ਆ ਵੀ ਜਿੰਨੇ ਵੀ ਸ਼ਸਤਰ ਆ ਸਾਰਿਆਂ ਨੂੰ ਹੀ ਨਮਸਕਾਰ ਹੈ, ਤੇ ਦਸਮ ਨੂੰ ਪੜ੍ਹੋ। ਕਲਗੀਧਰ ਪਾਤਸ਼ਾਹ ਜੀ ਜਦੋਂ ਵੀ ਕੋਈ ਤਿਉਹਾਰ ਹੁੰਦਾ ਨਾ, ਤੇ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਸੀ, ਦੁਸਹਿਰਾ ਹੋ ਗਿਆ, ਦੀਵਾਲੀ ਹੋ ਗਈ, ਤੇ ਕਲਗੀਧਰ ਪਾਤਸ਼ਾਹ ਦੇ ਘਰ ਵੀ ਸੰਗਤਾਂ ਪਹੁੰਚਦੀਆਂ ਸੀ, ਤੇ ਉੱਥੇ ਕਾਹਦੀ ਪੂਜਾ ਹੁੰਦੀ ਸੀ, ਸ਼ਸਤਰਾਂ ਦੀ, ਸਾਰਿਆਂ ਨੂੰ ਸਜਾ ਕੇ ਸ਼ਸਤਰਾਂ ਦੀ ਪੂਜਾ ਕਰਦੇ ਸੀਗੇ। ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਤੇ ਜਦੋਂ ਆਖਰਲੇ ਸਮੇਂ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾ ਮਹਾਰਾਜ ਜੀ ਦੇ ਜਦੋਂ ਵਾਰ ਕੀਤਾ ਇਹ ਪਠਾਣਾ ਨੇ, ਉਦੋਂ ਥੋੜੇ ਦਿਨ ਬਾਅਦ ਬਹਾਦਰ ਸ਼ਾਹ ਨੇ ਆਪਣੇ ਸਿਪਾਹੀ ਜਰਨੈਲ ਘੱਲਿਆ ਵੀ ਜਾਓ ਕਲਗੀਧਰ ਪਾਤਸ਼ਾਹ ਜੀ ਦਾ ਪਤਾ ਲੈ ਕੇ ਆਓ ਵੀ ਕੀ ਹਾਲ ਹੈ। ਇੱਧਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਇੱਧਰ ਸਾਰੇ ਸ਼ਸਤਰ ਸਜਾਏ ਹੋਏ ਆ, ਉਹਨਾਂ ਦੇ ਵਿੱਚ ਦੋ ਧਨਖ ਸੀ ਤੀਰ ਕਮਾਨ। ਕਮਾਨ ਨੂੰ ਵੇਖ ਕੇ ਇੱਕ ਜਰਨੈਲ ਦੂਜੇ ਨੂੰ ਕਹਿੰਦਾ ਵੀ ਆ ਵੇਖ ਕਿੱਡੇ ਤਗੜੇ ਧਨਖ ਰੱਖੇ ਹੋਏ ਆ ਮਹਾਰਾਜ ਦੇ ਘਰ। ਉਹ ਦੂਜਾ ਕਹਿੰਦਾ ਨਹੀਂ ਉਹ ਐਵੇਂ ਸ਼ੋਅ ਨੂੰ ਰੱਖੇ ਆ, ਲੋਕਾਂ ਨੂੰ ਨਾ ਸ਼ੋਅ ਵਿਖਾਉਣ ਵਾਸਤੇ, ਆਪਣੀ ਚੜ੍ਹਤ ਵਿਖਾਉਣ ਵਾਸਤੇ ਰੱਖੇ ਆ, ਹੀ ਚੱਲਦੇ ਥੋੜ੍ਹਾ ਏਡੇ ਤਗੜੇ, ਕਿਤੇ ਇਹਨਾਂ ਨੂੰ ਕੌਣ ਚਲਾ ਸਕਦਾ। ਤੇ ਕਲਗੀਧਰ ਪਾਤਸ਼ਾਹ ਜਾਣੀ ਜਾਣ ਜਾਣਗੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਤੋਂ ਜਾਣਗੇ ਸੀਗੇ। ਹਾਲੇ ਕਿ ਮਹਾਰਾਜ ਜੀ ਨੂੰ ਟੰਕੇ ਲੱਗੇ ਸੀਗੇ ਪੇਟ ਤੇ, ਜਾਣਗੇ ਵੀ ਇਹ ਖਿਆਲ ਕਰਦੇ ਆ ਵੀ ਐਵੇਂ ਸ਼ੋਅ ਨੂੰ ਹੀ ਰੱਖੇ ਆ। ਤੇ ਨੌ ਟਾਂਗ ਦੇ ਸੀ ਲਾਹੌਰ ਤੋਂ ਬਣ ਕੇ ਗਏ ਸੀਗੇ, ਨੌ ਟਾਂਗ, 25 ਸੇਰ ਜਿਹੜਾ ਨਾ, 25 ਸੇਰ ਦਾ ਇੱਕ ਟਾਂਕ ਹੁੰਦਾ, ਇੱਕ ਟਾਂਕ ਵੀ ਕਮਾਨ ਨੂੰ ਰੱਖ ਦਿੰਦੇ ਸੀਗੇ, ਉਹਦੇ ਨਾਲ ਭਾਰ ਲਮਕਾਉਂਦੇ ਸੀਗੇ 25 ਸੇਰ। ਹੁਣ ਕਿਲੋ ਆ, ਉਦੋਂ ਸੇਰ ਸੀ, ਕਿਲੋ ਨੂੰ ਥੋੜ੍ਹਾ ਜਿਹਾ ਘੱਟ ਹੁੰਦਾ, ਕਿਲੋ ਨੂੰ ਥੋੜ੍ਹਾ ਜਿਹਾ ਮਾਮੂਲੀ ਜਿਹਾ ਘੱਟ ਹੁੰਦਾ ਸੇਰ, ਕਿਲੋ 'ਚ ਗਿਣ ਲਓ ਥੋੜ੍ਹਾ ਜਿਹਾ ਘੱਟ ਹੁੰਦਾ, ਉਦੋਂ ਸੇਰ ਹੁੰਦੇ ਸੀਗੇ ਪੂਰਾ 25 ਸੇਰ ਜਿਹਨੂੰ ਬੰਨ ਦਿੰਦੇ ਸੀ ਨਾ, ਤੇ ਜੇ ਉਹ ਕਮਾਨ ਉਹਦੇ ਨਾਲ 25 ਸੇਰ ਨਾਲ ਖਿੱਚਿਆ ਜਾਵੇ ਤੇ ਉਹਨੂੰ ਕਹਿੰਦੇ ਸੀ ਵੀ ਇੱਕ ਟਾਂਕ ਦਾ ਹੋ ਗਿਆ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਜਿਹੜਾ ਧਨਖ ਚਲਾਉਂਦੇ ਸੀ ਉਹ 9 ਟਾਂਕ ਦਾ ਸੀਗਾ,
ਕਿੰਨੇ ਸੇਰ ਹੋ ਗਏ? 225 ਸੇਰ, 225 ਸੇਰ ਭਾਰ ਬੰਨਦੇ ਸੀ ਨਾ, ਤੇ ਫਿਰ ਕਿਤੇ ਉਹ ਧਨਕ ਖਿੱਚਿਆ ਜਾਂਦਾ ਸੀਗਾ। ਉਹ ਲੱਕੜ ਇੰਨੀ ਕਰੜੀ ਸੀ, ਫਿਰ ਉਹ ਖਿੱਚੀ ਜਾਂਦੀ ਸੀ। ਦੋ ਸੌ ਤੇ 25 ਸੇਰ ਹਿਸਾਬ ਲਾ ਲਓ ਕਿੰਨਾ ਬਣਦਾ, 2 ਕੁਇੰਟਲ ਨਾਲੋਂ ਉੱਤੇ ਆ, ਕਿਉਂ ਕਿਲੋ ਨੂੰ ਥੋੜਾ ਥੋੜਾ ਹੀ ਸੇਰ ਘੱਟ ਹੁੰਦਾ। ਹੁਣ ਇੰਨਾ ਭਾਰ ਉਸ ਧਨਖ ਦੇ ਨਾਲ ਬੰਨਦੇ ਸੀ ਤੇ ਫਿਰ ਉਹ ਨਿਉਂਦਾ ਸੀਗਾ, ਤੇ ਉਹ ਧਨਖ ਕਲਗੀਆਂ ਵਾਲਾ ਪਾਤਸ਼ਾਹ ਹੀ ਚਲਾਉਂਦਾ ਸੀ, ਦੂਜਾ ਕੋਈ ਨਹੀਂ ਚਲਾ ਸਕਿਆ ਉਹਨੂੰ। ਜਾਂ 6ਵੇਂ ਪਾਤਸ਼ਾਹ ਜੀ ਚਲਾਉਂਦੇ ਸੀਗੇ ਜਾਂ ਫਿਰ 10ਵੇਂ ਪਾਤਸ਼ਾਹ ਜੀ। ਹੁਣ ਉਹ ਦੋ ਧਨੁਖ ਏਡੇ ਤਗੜੇ ਰੱਖੇ ਆ ਵੀ ਜਿਹਦੇ ਨਾਲ 225 ਸੇਰ ਭਾਰ ਬੰਨ੍ਹੀਏ ਨਾ ਤੇ ਫਿਰ ਨਿਉਂਦਾ ਸੀ। ਪਹਿਲਾਂ ਨੂੰ ਉੱਤੇ ਬੰਨਣਾ ਰੱਖਣਾ ਤੇ ਫਿਰ ਹੀ ਉਹਨੂੰ ਖਿੱਚਣਾ ਨਾ, ਤੇ ਕਲਗੀ ਧਾਰ ਦਾ ਤੇ ਉਦੋਂ ਵੀ ਡਬਲ ਹੋ ਗਿਆ, ਕਿਉਂਕਿ ਕਲਗੀ ਧਾਰ ਗਾੜੀਓਂ ਵੀ ਹੱਥ ਨਾਲ ਆਪ ਫੜਦੇ ਆ ਤੇ ਉਹਨੂੰ ਖਿੱਚਦੇ ਵੀ ਆਪ ਆ, ਡਬਲ ਹੋ ਗਿਆ ਨਾ। ਏਡਾ ਤਗੜਾ ਸੀਗਾ, ਕਹਿੰਦੇ ਵੀ ਐਵੇਂ ਹੀ ਰੱਖੇ ਆ, ਇਹਨਾਂ ਨੇ ਚਲਾਉਣ ਨੂੰ ਥੋੜਾ ਰੱਖੇ ਆ, ਇਹ ਤਾਂ ਸ਼ੋਅ ਨੂੰ ਬਣਾ ਕੇ ਰੱਖੇ ਏਡੇ ਤਗੜੇ ਵੀ ਜਿਹੜਾ ਵੀ ਆਵੇ ਵੀ ਉਹ ਦਹਿਸ਼ਤ ਹੋਵੇ ਉਹਨੂੰ ਵੀ ਏਡੇ ਤਗੜੇ ਚਲਾਉਣ ਵਾਲੇ ਸੂਰਮੇ ਆ। ਕਲਗੀਧਰ ਪਾਤਸ਼ਾਹ ਜਾਣਗੇ, ਕਹਿੰਦੇ ਵੀ ਜੇ ਕਿਤੇ ਨਾ ਇਹ ਆਨੰਦਪੁਰ ਸਾਹਿਬ ਜਾਂ ਚਮਕੌਰ ਦੀ ਗੜੀ ਵਿੱਚ ਕਿਤੇ ਆਏ ਹੁੰਦੇ ਨਾ, ਇਹਨਾਂ ਨੂੰ ਪਤਾ ਹੁੰਦਾ ਵੀ ਤੀਰ ਕਿੱਦਾਂ ਚਲਾਈਦੇ ਆ। ਇਹ ਲੱਗਦਾ ਵੀ ਇਹ ਜਿਹੜੇ ਜਰਨੈਲ ਘੱਲੇ ਇਹ ਇਹਨਾਂ ਜੰਗਾਂ ਦੇ ਵਿੱਚ ਗਏ ਹੀ ਨਹੀਂ, ਜਿਹੜੇ ਇਹਨਾਂ ਦੇ ਮਨ ਵਿੱਚ ਖਿਆਲ ਆ ਰਹੇ ਆ ਨਾ, ਇਹ ਲੱਗਦਾ ਵੀ ਆਨੰਦਪੁਰ ਸਾਹਿਬ ਨਹੀਂ ਆਏ, ਇਹ ਚਮਕੌਰ ਸਾਹਿਬ ਨਹੀਂ ਆਏ। ਜੇ ਕਿਤੇ ਆਏ ਹੁੰਦੇ ਨਾ ਫਿਰ ਇਹਨਾਂ ਨੂੰ ਸਾਡੇ ਤੀਰਾਂ ਬਾਰੇ ਪਤਾ ਹੁੰਦਾ ਵੀ ਕਿਵੇਂ ਚੱਲਦੇ ਆ। ਏਡਾ ਤਕੜਾ ਕਮਾਨ ਖਿੱਚ ਕੇ ਜਦੋਂ ਕਲਗੀਧਰ ਪਾਤਸ਼ਾਹ ਜੀ ਚਲਾਉਂਦੇ ਸੀ ਨਾ, ਉਹ 1, 2, 3, 4, 5, 6, 7, 8, 9, 10 ਦਸਾਂ ਬੰਦਿਆਂ ਦੇ ਵਿੱਚੋਂ ਦੀ ਲੰਘ ਜਾਂਦਾ ਸੀਗਾ। ਇੱਕ ਤੀਰ ਚਲਾਉਣਾ, ਦਸਾਂ ਦਸਾਂ ਦੇ ਵਿੱਚੋਂ ਦੀ ਲੰਘ ਜਾਂਦਾ ਸੀਗਾ, ਜਿਹਦੇ ਵਿੱਚੋਂ ਦੀ ਲੰਘ ਗਿਆ ਉਹ ਗਿਆ। ਇੱਕ ਤੀਰ 10-10 ਜਾਣੇ ਇੱਕੇ ਵਾਰੀ ਮਾਰ ਦਿੰਦਾ ਸੀਗਾ, ਕਿਉਂਕਿ ਕਿੰਨਾ ਉਹ ਕਮਾਨ ਸਖਤ ਸੀਗਾ ਜਿਹਨੂੰ ਚਲਾਉਂਦੇ ਸੀ ਮਹਾਰਾਜ। ਤੇ ਇੰਨੇ ਕਮਾਨ ਦੇ ਵਿੱਚੋਂ ਤੀਰ ਨਿਕਲਿਆ, ਇੰਨੇ ਜ਼ੋਰ ਦੇ ਨਾਲ ਖਿੱਚਿਆ ਹੋਇਆ, ਤੇ ਉਹਨੇ ਦਸਾਂ ਦੇ ਵਿੱਚੋਂ ਦੀ ਤੇ ਲੰਘਣਾ ਹੀ ਸੀਗਾ। ਹੁਣ ਮਹਾਰਾਜ ਕਲਗੀਧਰ ਪਾਤਸ਼ਾਹ ਜਾਣਗੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜੇ ਹੁਣ ਇਹਨਾਂ ਨੂੰ ਚਲਾ ਕੇ ਇਹਨਾਂ ਨੇ ਵਿਖਾਇਆ, ਇਹਨਾਂ ਬਾਹਰ ਜਾ ਕੇ ਵੀ ਇਹੋ ਹੀ ਗੱਲਾਂ ਕਰਨੀਆਂ, ਇਹ ਸ਼ੋਅ ਨੂੰ ਹੀ ਰੱਖੇ ਸੀਗੇ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਰੱਖ ਕੇ ਕਮਾਨ ਵਿੱਚ ਉਹਨਾਂ ਨੂੰ ਚਲਾ ਕੇ ਵਿਖਾਲਿਆ। ਜਦੋਂ ਚਲਾਇਆ ਤੇ ਉਹ ਜਿੰਨੇ ਤੋਪੇ ਸੀ ਮਹਾਰਾਜ ਜੀ ਦੇ ਲੱਗੇ ਹੋਏ ਉਹ ਟੰਕੇ ਟੁੱਟ ਗਏ ਸਾਰੇ, ਕਿਉਂਕਿ ਇੰਨੇ ਜ਼ੋਰ ਦੇ ਨਾਲ ਚਲਾਇਆ, ਕੋਈ ਹੋਰ ਨਹੀਂ ਚਲਾ ਸਕਿਆ। ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਤੀਰ ਤੇ ਕਮਾਨ ਹੈ ਨਾ, ਉਹ ਕਲਗੀਧਰ ਪਾਤਸ਼ਾਹ ਜੀ ਨੇ ਚਲਾਇਆ, ਦੂਜਾ ਨਹੀਂ ਕੋਈ ਚਲਾ ਸਕਿਆ ਤੇ ਨਾ ਕੋਈ ਚਲਾ ਸਕਿਆ, ਨਾ ਕੋਈ ਏਡਾ ਚਲਾ ਹੀ ਸਕਦਾ। ਹੁਣ ਕਿੰਤੂ ਪਰੰਤੂ ਕਈ ਇੱਥੇ ਵੀ ਕਰ ਦਿੰਦੇ ਵੀ ਏਡਾ ਕਿੱਥੋਂ ਹੋਊਗਾ। ਇਤਿਹਾਸ ਪੜ੍ਹੀਏ ਤੇ ਮਹਾਰਾਜ ਜੀ ਨੇ ਇੱਕ ਵਾਰੀ ਬੈਠਿਆ ਮੁਗਲਿਆਂ ਦੇ ਜਿਹੜੇ ਰੁੱਖ ਥੱਲੇ ਬੈਠੇ ਸੀ ਉਹਦੀ ਡਾਹਣੇ ਵਿੱਚ ਤੀਰ ਮਾਰਤਾ ਸੀ ਆਨੰਦਪੁਰ ਸਾਹਿਬ ਬੈਠਿਆ ਹੀ। ਉਹਨਾਂ ਸੋਚਿਆ ਵੀ ਜੇ ਡਾਹਣੇ 'ਚ ਮਾਰਤਾ ਤੇ ਸਾਡੇ ਵੀ ਮਾਰ ਸਕਦੇ ਆ, ਤੇ ਮਾਰ ਸਕਦੀ ਸੀ, ਕੇਵਲ ਉਹਨਾਂ ਨੂੰ ਸੁਚੇਤ ਹੀ ਕੀਤਾ
ਕਲਗੀਧਰ ਪਾਤਸ਼ਾਹ ਜੀ ਦਾ ਸ਼ਸਤਰਾਂ ਦੇ ਨਾਲ ਬੜਾ ਹੀ ਪਿਆਰ ਹੈ। ਕਲਗੀਧਰ ਪਾਤਸ਼ਾਹ ਤਲਵਾਰ ਨੂੰ ਗਲੇ ਪਹਿਨਦੇ ਆ ਨਾ, ਸ਼ਸਤਰ ਸਜਾਉਂਦੇ ਆ ਸਰੀਰ ਤੇ ਨਾਲ ਹੀ ਆਪਣੇ ਸਿੰਘਾਂ ਨੂੰ ਵੀ ਹਦਾਇਤ ਕਰਦੇ ਆ। ਮਰ ਕਹਿੰਦੇ ਜਬ ਹਮਰੇ ਦਰਸ਼ਨ ਕੋ ਆਓ ਬਨ ਸੁਚੇਤ ਤਨ ਸ਼ਸਤਰ ਸਜਾਓ। ਵੀ ਜਦੋਂ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਨਾ, ਉਦੋਂ ਸੁਚੇਤ ਹੋ ਕੇ ਤਿਆਰ ਬਰ ਤਿਆਰ ਹੋ ਕੇ ਸਰੀਰ ਦੇ ਉੱਤੇ ਕਕਾਰ, ਸਰੀਰ ਦੇ ਉੱਤੇ ਸ਼ਸਤਰ ਸਜਾ ਕੇ ਆਉਣਾ। ਜਦੋਂ ਵੀ ਕਲਗੀਧਰ ਪਾਤਸ਼ਾਹ ਕਹਿੰਦੇ ਆਓ ਨਾ ਦਰਸ਼ਨ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਉਸ ਵੇਲੇ ਸੁਚੇਤ ਹੋ ਕੇ ਆਓ, ਇਸ਼ਨਾਨ ਕਰਕੇ ਬਸਤਰ ਪਹਿਨ ਕੇ ਸ਼ਸਤਰ ਪਹਿਨ ਕੇ ਆਓ। ਇਹ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ। ਇੰਨਾ ਪਿਆਰ ਹੈ ਸੱਚੇ ਪਾਤਸ਼ਾਹ ਜੀ ਦਾ ਸ਼ਸਤਰਾਂ ਦੇ ਨਾਲ ਸ਼ੁਰੂ ਤੋਂ ਲੈ ਕੇ। ਹੁਣ ਸੱਚੇ ਪਾਤਸ਼ਾਹ ਜੀ ਨੇ ਇਹ ਕਕਾਰ ਜਿਹੜੇ ਆ ਨਾ, ਇਹ ਬਖਸ਼ਿਸ਼ ਕੀਤੇ ਆ ਆਪਣੇ ਖਾਲਸੇ ਨੂੰ, ਜਿਹੜੇ ਆਪ ਜੀ ਨੇ ਇਹ ਪੰਜ ਨਾਮ ਛੋਟੀ ਜੀ ਬੱਚੀ ਦੇ ਪਾਸੋਂ ਸਰਵਣ ਕੀਤੇ ਆ। ਤੇ ਇਹ ਪੰਜਾਂ ਦੀ ਵੱਖ ਵੱਖ ਮਹੱਤਤਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਵੀ ਇਹ ਕਦੀ ਵੀ ਸਰੀਰ ਦੇ ਨਾਲੋਂ ਵੱਖ ਨਹੀਂ ਹੋਣੇ ਚਾਹੀਦੇ, ਕਦੀ ਵੀ ਸਰੀਰ ਦੇ ਨਾਲੋਂ ਇਹ ਵੱਖ ਨਾ ਹੋਣ। ਸੁੱਤਿਆਂ ਜਾਗਦਿਆਂ ਜਿੱਥੇ ਮਰਜ਼ੀ ਜਾਓ, ਇਹ ਪੰਜੇ ਕਕਾਰ ਜਿਹੜੇ ਉਹ ਸਰੀਰ ਤੇ ਧਾਰਨ ਕੀਤੇ ਹੋਣੇ ਚਾਹੀਦੇ। ਚੰਡੀਗੜ੍ਹ ਚਲੇ ਗਏ PGI ਹਸਪਤਾਲ, ਉੱਥੇ ਨਾ ਓਪਰੇਸ਼ਨ ਹੋਏ ਸੀਗੇ, ਆ ਦਿਲ ਦੇ ਸਟੈਂਡ ਪਏ ਸੀਗੇ। ਸਾਡੇ ਨਗਰ ਦਾ ਇੱਕ ਸਿੰਘ ਹੈ, ਉੱਥੇ ਉਹ ਤਬਲਾ ਵਜਾਉਣ ਦੀ ਡਿਊਟੀ ਕਰਦਾ ਹੈ। ਉਹਨੇ ਤਲਵਾਰ ਨਾਲ ਥੋੜ੍ਹੀ ਮੇਰੇ ਨਾਲੋਂ ਵੀ ਵੱਡੀ ਪਾਈ ਸੀਗੀ, ਉੱਥੇ ਉਹ ਨਾਲ ਸਾਡੇ ਰਿਹਾ, ਮਰਦ ਕਰਾਉਂਦਾ ਰਿਹਾ। ਉਹਨੂੰ ਇੱਕ ਬੰਦਾ ਆਵਾਜ਼ ਮਾਰ ਕੇ ਆਉਂਦਾ, ਉਹ ਦਰਦਾਈ ਸੀਗਾ, ਉਹ ਕੋਨਾ ਸੀ ਸਿਰੋਂ, ਆਂਦਾ ਵੀ ਆਹ ਕਿਉਂ ਪਾਈ ਤੁਸਾਂ? ਆਂਦਾ ਜੀ ਇਹ ਸਾਡੇ ਗੁਰੂ ਨੇ ਬਖਸ਼ਿਸ਼ ਕੀਤੀ, ਅਸੀਂ ਪਾ ਕੇ ਰੱਖਦੇ ਹਾਂ, ਇਹ ਸ਼ਸਤਰ ਹੈ, ਸਾਨੂੰ ਬਖਸ਼ਿਸ਼ ਕੀਤਾ ਹੋਇਆ ਕਲਗੀਆਂ ਵਾਲੇ ਪਾਤਸ਼ਾਹ ਨੇ। ਤੂੰ ਕਹਿੰਦਾ ਵੀ ਗੱਲ ਸੁਣੋ, ਵੀ ਇਹ ਤੇ ਹੁਣ ਚੱਲਦੀ ਨਹੀਂ, ਪਸਤੌਲ ਲੈ ਤੂੰ। ਮੈਂ ਵੀ ਘਰ ਆਪਣੇ ਪਸਤੌਲ ਰੱਖਿਆ, ਤੂੰ ਵੀ ਲੈ ਪਸਤੌਲ, ਪਸਤੌਲ ਰੱਖੋ ਕੋਲ ਹੁਣ। ਤੇ ਉਹ ਕਹਿੰਦਾ ਵੀ ਪਸਤੌਲ ਕਿੱਥੇ? ਕਹਿੰਦਾ ਘਰ। ਆਂਦਾ ਜੇ ਹੁਣ ਇੱਥੇ ਲੋੜ ਪੈ ਜੇ ਮੈਂ ਤੇ ਕੱਢ ਕੇ ਤੇਰੀ ਬੱਖੀ 'ਚ ਮਾਰਨੀ, ਜੇ ਕੋਈ ਪੁੱਠਾ ਸਿੱਧਾ ਬੋਲੇਗਾ ਤੇ ਤੂੰ ਪਸਤੌਲ ਘਰ ਲੈਣ ਜਾਏਗਾ? ਕੱਚਾ ਜਿਹਾ ਹੋ ਗਿਆ, ਮੈਂ ਜਵਾਬ ਕੀ ਦੇਵਾਂ? ਆਂਦਾ ਇਹ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਹੜੀ ਹਮੇਸ਼ਾ ਸਰੀਰ ਦੇ ਨਾਲ ਹੀ ਰਹਿੰਦੀ ਹੈ ਤੇ ਜਿੱਥੇ ਵੀ ਲੋੜ ਪਏ ਖਾਲਸਾ ਵਰਤ ਵੀ ਲੈਂਦਾ ਹੈ। ਹੁਣ ਪਸਤੌਲ ਲੈਣ ਘਰ ਤੋਂ ਥੋੜ੍ਹਾ ਜਾਣਾ, ਹਸਪਤਾਲ ਵਿੱਚ ਉਹਨਾਂ ਵੜਨ ਨਹੀਂ ਦੇਣਾ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਇਹ ਬਖਸ਼ਿਸ਼ ਕੀਤੀ ਹੈ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚ ਚੁੱਕੇ ਆ। ਉਹਨਾਂ ਦਾ ਹੁਣ ਸਮਾਂ ਹੈ, 8 ਵੱਜ ਗਏ ਹਨ 9 ਵਜੇ ਤੱਕ। ਸੋ ਬਾਕੀ ਆਪਾਂ ਕੱਲ੍ਹ ਨੂੰ ਫਿਰ ਜਦੋਂ ਭਜੰਗੀਆਂ ਨੇ ਆਰੰਭਤਾ ਵਿੱਚ ਕੱਲ੍ਹ ਨੂੰ ਕੀਰਤਨ ਕਰਨਾ ਹੈ,
ਉਦੋਂ ਆਪਾਂ ਇਹ ਵਿਚਾਰ ਫਿਰ ਇਸੇ ਤਰ੍ਹਾਂ ਕਰਾਂਗੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜੇ ਸ਼ਸਤਰ ਬਖਸ਼ੇ ਹੋਏ ਆ, ਸੋ ਹੁਣ ਇੱਥੇ ਸਮਾਪਤੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਰੰਭੇ ਹੋਏ ਸਮਾਗਮ ਅੰਗ ਸੰਗ ਸਹਾਈ ਹੋ ਕੇ ਸੰਪੂਰਨ ਕਰਾਉਣ। ਇਸੇ ਤਰ੍ਹਾਂ ਸੰਗਤ ਨੇ ਰੋਜ਼ਾਨਾ ਹਾਜ਼ਰੀ ਭਰਨੀ ਹੈ ਅਤੇ ਨਾਲ ਜਿਹੜੇ ਵੀਰ ਵਿਦੇਸ਼ ਵਿੱਚ ਹਨ, ਆਵਾਜ਼ ਏ ਕੌਮ ਟੀਵੀ ਜਿਹੜਾ ਹੈ ਉਹ ਇਹ ਲਾਈਵ ਸਾਰਾ ਸਮਾਗਮ ਕਰ ਰਿਹਾ ਹੈ। ਬੇਨਤੀ ਹੈ ਵੀ ਵਿਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇਹਦੇ ਤੋਂ ਆਪ ਜੀ ਸਾਰਾ ਸਮਾਗਮ ਵੇਖ ਸਕਦੇ ਜੇ। ਆਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਭਜੰਗੀ ਸਿੰਘਾਂ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਮਾਰੇ ਕਿਰਪਾ ਕਰਨ, ਅਗਾਂਹ ਵਾਸਤੇ ਸੁਮਤ ਬਖਸ਼ਣ, ਇਸੇ ਤਰ੍ਹਾਂ ਹੋਰ ਇਹਨਾਂ ਨੂੰ ਕੀਰਤਨ ਕਰਨ ਦੀ ਦਾਤ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਸੋ ਆਓ ਆਪਾਂ ਨੂੰ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਾਧ ਸੰਗਤ ਜੀ, ਉਹ ਬੱਚੇ ਬਹੁਤ ਰੌਲਾ ਪਾ ਰਹੇ ਆ, ਉਹਨਾਂ ਨੂੰ ਹਟਾਇਆ ਜਾਵੇ ਰੌਲਾ ਪਾਉਣੋਂ, ਕਿਉਂਕਿ ਜੇ ਖੇਡਣਾ ਹੀ ਆ ਤਾਂ ਫਿਰ ਪੰਡਾਲ ਤੋਂ ਬਾਹਰ ਚਲੇ ਜਾਣ। ਸਭ ਨੂੰ ਬੇਨਤੀ ਹੈ ਜਿਨ੍ਹਾਂ ਦੇ ਵੀ ਬੱਚੇ ਹਨ ਉਹ ਡੱਕਣ ਦੀ ਕਿਰਪਾਲਤਾ ਕਰੋ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਨਹੀਂ ਪਹੁੰਚੀਆਂ ਸੰਗਤਾਂ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਚੁੱਕੇ ਹਨ। ਇਹਨਾਂ ਦੇ ਪਾਸੋਂ ਆਪ ਜੀ ਇੱਕ ਘੰਟੇ ਵਾਸਤੇ 9 ਵਜੇ ਤੱਕ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰੋ। ਸਭ ਨੂੰ ਬੇਨਤੀ ਹੈ ਪ੍ਰੇਮ ਸਤਿਕਾਰ ਦੇ ਨਾਲ ਬੈਠ ਕੇ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਨਾ ਹੈ ਜੀ। ਨਾਲ ਗੁਰੂ ਕੇ ਲੰਗਰ ਵੀ ਵਰਤ ਰਹੇ ਹਨ, ਉਹ ਵੀ ਛਕੋ ਅਤੇ ਛੱਕ ਕੇ ਫਿਰ ਆ ਕੇ ਬੈਠਣ ਦੀ ਕਿਰਪਾਲਤਾ ਕਰੋ। ਫਿਰ ਦੁਬਾਰਾ ਬੇਨਤੀ ਹੈ ਕਿ ਬੱਚਿਆਂ ਨੂੰ ਡੱਕੋ ਜੀ, ਬੱਚਿਆਂ ਨੂੰ ਬਿਠਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰੇ ਇਉਂ ਗੁਰਮੁਖੇ
ਆਪ ਨਿਵਾਰੀ ਹੈ। ਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰੇਸ਼ਟ ਕਲੇ, ਸਭ ਰਾਜ ਸ੍ਰੇਸ਼ਟ ਕਲੇ, ਮਨ ਤਨ ਰਾਖਕੈ ਉਪੀ ਸੇਵ ਕਰੇ, ਮਨ ਤਨ ਆਖੈ ਸੇਵ ਕਰੇ। ਕਿਉਂ ਗੁਰਮੁਖ ਆਪ ਨਿਵਾਰੀ ਹੈ, ਕਿਉਂ ਗੁਰਮੁਖ ਆਪ ਨਿਵਾਰੀ, ਕਿਉਂ ਗੁਰਮੁਖ ਆਪ ਨਿਵਾਰੀ ਹੈ, ਕਿਉਂ ਗੁਰਮੁਖ ਆਪ ਨਿਵਾਰੀ, ਸਭ ਰਾਜ ਸ੍ਰੇਸ਼ਟ ਕਰੇ, ਸਭ ਰਾਜ ਸ੍ਰੇਸ਼ਟ ਕਲੇ, ਮਨ ਤਨ ਰਾਖ ਕੈ ਉਪੀ ਸੇਵ ਕਰੇ, ਮਨ ਤਨ ਰਾਖ ਕੈ ਉਪੀ ਸੇਵ ਕਰੇ। ਹਸਤੀ ਸਿਰ ਜੋ ਅੰਕੁਸ਼ ਹੈ, ਹਸਤੀ ਸਿਰ ਜੋ ਅੰਕੁਸ਼ ਹੈ, ਅਹਰਣ ਜੋ ਸਿਰ ਦੇ, ਅਹਰਣ ਜੋ ਸਿਰ ਦੇ, ਸਿਰ ਦੇ ਹਰਨ ਜੋ ਸਿਰ ਦੇ, ਮਨ ਤਨ ਰਾਖ ਕੈ ਉਪੀ ਸੇਵ ਕਰੇ, ਮਨ ਤਨ ਰਾਖ ਕੈ ਉਪੀ ਸੇਵ ਕਰੇ। ਗੁਰਮੁਖ ਆਪ ਨਿਵਾਰੀ ਹੈ, ਗੁਰਮੁਖ ਆਪ ਨਿਵਾਰੀ, ਇਉਂ ਗੁਰਮੁਖ ਆਪ ਨਿਵਾਰੀ ਹੈ, ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰੇਸ਼ਟ ਕਾਲੇ, ਸਭ ਰਾਜ ਸ੍ਰੇਸ਼ਟ ਕਾਲੇ, ਮਨ ਤਨ ਆਖੈ ਰਾਖ ਕੈ ਉਪੀ ਸੇਵ ਕਰੇ, ਮਨ ਤਨ ਆਖੈ ਰਾਖ ਕੈ ਉਪੀ ਸੇਵ ਕਰੇ।
ਨਾਨਕ ਗੁਰਮੁਖ ਬੂਝੀਐ ਨਾਨਕ ਗੁਰਮੁਖ ਬੂਝੀਐ ਜਾਇਆ ਪੇ ਨਦਰ ਕਰੇ ਜਾਇਆ ਪੇ ਨਦਰ ਕਰੇ ਜਾਇਆ ਪੇ ਨਦਰ ਕਰੇ ਜਾਇਆ ਪੇ ਨਦਰ ਕਰੇ ਮਨ ਤਨ ਆ ਕੇ ਰਾਖ ਕੇ ਉਪੀ ਸੇਵ ਕਰੇ ਮਨ ਤਨ ਆ ਕੇ ਰਾਖ ਕੇ ਉਪੀ ਸੇਵ ਕਰੇ ਇਉਂ ਗੁਰਮੁਖ ਆਪਣੀ ਵਾਰੀ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਸੁਣ ਲਿਓ ਸਭੇ
ਨਾਥ ਫਿਰ ਆ ਲੀਏ ਸਾਤ ਸਮੁੰਦਰ
ਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇਓ ਲਾਲ ਸਾਂ
ਖਿੰਚਤਨੀ ਐਸੀ ਮਾਂ ਤੋਂ ਖਿੰਚਤਨੀ ਐਸੀ ਪਤਲਥੀ ਜਾਏ ਜੇ ਜੀਵੇ ਪਤਲਥੀ ਜਾਏ ਜੇ ਜੀਵੇ ਪਤਲਥੀ ਜਾਏ ਸਾਬ ਹਰਾ ਜਿਤਾ ਕੀ ਸਿਖਾਏ ਸਾਬ ਹਰਾ ਜਿਤਾ ਕੀ ਸਿਖਾਏ ਜੇ ਜੀਵੇ ਪਤਲਥੀ ਜਾਏ ਜੇ ਜੀਵੇ ਪਤਲਥੀ ਜਾਏ ਸਾਬ ਜਿਤਾ ਕੀ ਸਿਖਾਏ ਸਾਬ ਹਰਾ ਜਿਤਾ ਕੀ ਸਿਖਾਏ ਜੇ ਜੀਵੇ ਪਤਲਥੀ
ਸਤ ਲਥੀ ਜਾਏ ਵੇਣ ਨਾ ਵੇ
राम कसौटी सोस है जो मर जीवा होए, राम कसौटी सोस है जो मर जीवा होए, जो मर जीवा होए, जो मर जीवा होए, जो मर जीवा होए, जो मर जीवा कबीर कसौटी राम की झूठा टिके न कोए, झूठा टिके न कोए, कबीर कसौटी राम की
ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜਿਆ ਝੂਠਾ ਟਿਕੈ ਨਾ ਕੋਏ ਉਥੇ ਸੱਚੇ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਜਮਲਿਆ
ਹਰ ਜੀਉ ਹਰ ਜੀਉ ਨਿਮਾਣਿਆ ਤੂੰ ਮਾਣ ਹਰ ਜੀਉ ਹਰ ਜੀਉ ਚੀਜ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਕੁਰਬਾਨ ਤੇਰੀ ਕੁਦਰਤ ਕਾ ਕੁਰਬਾਨ ਕੁਰਬਾਨ ਹਰ ਜੀਓ ਹਰ ਜੀਓ ਗੋਬਿੰਦ ਕੇ ਬਹੁ ਪਾਤੀ ਬਾਣ ਪਿਤਾ ਗੱਲ ਲਾਵੇ ਵੀ
ਬਖਸ਼ ਲੈ ਰੱਬ ਆਪੇ ਮਾਰਗ ਪਾਵੇ ਰੱਬ ਆਪੇ ਮਾਰਗ ਪਾਵੇ ਪਾਵੇ ਹਰ ਜੀਓ ਹਰ ਜੀਓ ਪੀਜੈ ਗੋਵਿੰਦ ਹਰ ਪਾਵੇ ਤੈਜ ਰਖਾਈਏ ਅਵਰੀ ਆਪ ਮੈਂ ਸਗਲੀ ਦੇਖੀ ਇੱਕ ਤੇਰੀ ਤੂੰ ਮਾਣਾ
ਸੱਚੀ ਚਾਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਕੁਰਬਾਨ ਤੇਰੀ ਕੁਦਰਤ ਕਾ ਕੁਰਬਾਨ ਕੁਰਬਾਨ ਹਰ ਹਰ ਜਿਓ ਨਿਮਾਨ ਤੂੰ ਮਾਨ ਹਰ ਜਿਓ ਹਰ ਜਿਓ ਨਿਮਾਨ ਤੂੰ ਮਾਨ ਹਰ ਜੀਓ ਨਿਮਾਣਿਆ ਤੂੰ ਮਾਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਉਹ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਜੀਵਨ ਨੂੰ ਗਲ ਨਾਲ ਲਾ ਲੈਂਦਾ ਹੈ ਜਦੋਂ ਸਤਿਗੁਰ ਦੀ ਸ਼ਰਨ ਵਿੱਚ ਕੋਟ ਆਸਰਾ ਕੇਵਲ ਅਤੇ ਕੇਵਲ ਟੇਕ ਭਰੋਸਾ ਉਹਦੇ ਰੱਖੇ ਆ ਜਾਵੇ ਸਦ ਬਖਸ਼ਿੰਦ ਸਦਾ ਮਿਹਰਬਾਨਾ ਪਾਤਸ਼ਾਹ ਸੁਗੁਰੂ ਬਖਸ਼ਿਸ਼ ਕਰੇ ਰਹਿਮਤ ਕਰੇ ਸਾਡੇ ਸਾਰਿਆਂ ਦੀ ਚੋੜੀ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਅੰਮ੍ਰਿਤ ਵੇਲੇ ਦੀ ਦਾਤ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਚੋੜੀ ਵਿੱਚ ਪਾ ਕੇ ਨਿਵਾਜਨ ਇਹੀ ਸਾਡੇ ਕਰਵਾਏ ਹੋਏ ਸਮਾਗਮ ਸਫਲ ਹੋ ਜਾਵਣਗੇ ਜੇ ਕਿਤੇ ਸਤਿਗੁਰ ਦੇ ਬਚਨਾਂ ਦੇ ਅਨੁਸਾਰ ਜੀਵਨ ਨੂੰ ਢਾਲ ਲਈਏ ਕਿਉਂਕਿ ਸਤਿਗੁਰੂ ਐਸਾ ਪਾਤਸ਼ਾਹ ਇੰਨੀ ਵਡਿਆਈ ਬਖਸ਼ ਦਿੰਦਾ ਹੈ ਕਿ ਜਿਸ ਨੀਚ ਕੋਈ ਨਾ ਜਾਣੈ ਜਿਹਨੂੰ ਕੋਈ ਨਹੀਂ ਜਾਣਦਾ ਨਾਮ ਜਪਤ ਉਹ ਚੌਂ ਕੁੰਟ ਮਾਨੈ ਸਤਿਗੁਰੂ ਉਹਦਾ ਸਾਰੀਆਂ ਦਿਸ਼ਾਵਾਂ ਵਿੱਚ ਡੰਕਾ ਵਜਾ ਦਿੰਦਾ ਹੈ ਲੋਕ ਉਹਨੂੰ ਨਮਸਕਾਰ ਕਰਨ ਲੱਗ ਪੈਂਦੇ ਨੇ ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਥੋੜ੍ਹਾ ਵੀ ਕਿਣਕਾ ਮਾਤਰ ਵੀ ਉਹਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਸੋ ਕੁਟਾਨ ਕੁਟਾਨ ਸ਼ੁਕਰਾਨਾ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਰਹਿਮਤ ਸਦਕਾ ਆਪ ਜੀ ਦੇ ਚਰਨ ਪਰਸ਼ ਦਾ ਸਭਾਗ ਪ੍ਰਾਪਤ ਹੋਇਆ ਉਪਰੰਤ ਸਮੂਹ ਸਾਹ ਸੰਗਤ ਇਲਾਕਾ ਨਿਵਾਸੀ ਮੇਰੇ ਪ੍ਰਬੰਧਕ ਜਨਵੀਰ ਜਿਨ੍ਹਾਂ ਦੇ ਪਿਆਰ ਸਦਕਾ ਆਪ ਜੀ ਦੇ ਦਰਸ਼ਨ ਹੋਏ ਸਤਿਗੁਰੂ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਆਪ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਕਦਮ ਕਦਮ ਲੇਖੇ ਵਿੱਚ ਲਾ ਕੇ ਸਤਿਗੁਰੂ ਜੀ ਭਰੋਸਾ ਦਾਨ ਗੁਰਸਿੱਖੀ ਜੀਵਨ ਸਾਡੀ ਚੌੜੀ ਵਿੱਚ ਪਾਵਣ ਅਗਲਾ ਪ੍ਰੋਗਰਾਮ ਇਸ ਤਰ੍ਹਾਂ ਪਿਆਰ ਸ਼ਰ ਸਰਵਣ ਕਰੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਫਤਿਹ ਦੀ ਸਾਂਝ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਜਿਨ੍ਹਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਬੜੀ ਮਿੱਠੀ ਆਵਾਜ਼ ਵਿੱਚ ਆਪ ਜੀ ਨੂੰ ਗੁਰੂ ਕੀ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾਇਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਭਾਈ ਮਨਦੀਪ ਸਿੰਘ ਜੀ ਮੁਰੀਦ ਸੰਗਰੂਰ ਵਾਲੇ ਇੱਕ ਘੰਟੇ ਵਾਸਤੇ 10 ਵਜੇ ਤੱਕ
ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਵਾਉਣਗੇ। ਆਪ ਸਭ ਸੰਗਤਾਂ ਨੂੰ ਬੇਨਤੀ ਹੈ, ਸਾਰੀਆਂ ਸੰਗਤਾਂ ਨੇ ਪ੍ਰੇਮ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਹੋਣਾ ਪਾਸੋਂ ਕਥਾ ਸਰਵਣ ਕਰਨੀ ਹੈ। ਆਪਣੇ ਕੋਲ ਕੇਵਲ ਇਹੀ ਜਥਾ ਹੈ ਇੱਕ, ਉਸ ਤੋਂ ਉਪਰੰਤ ਸਮਾਪਤੀ ਹੋਣੀ ਹੈ। ਇਸ ਕਰਕੇ ਸਭ ਨੂੰ ਬੇਨਤੀ ਹੈ, ਸਾਰੀਆਂ ਸੰਗਤਾਂ ਪ੍ਰੇਮ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੋ। ਜਿਹੜੀਆਂ ਸੰਗਤਾਂ ਬਾਹਰ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜੀ, ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ, ਗਗਨ ਦਮਾਮਾ ਵਾਜਿਓ ਪਰਿਓ ਨਿਸਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਭਜੂ ਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ, ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡੈ ਕੇਤ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੈਨੀ ਹਰ ਮੇਰੀ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ, ਜਪੋ ਜੀ ਤੇਗ ਬਹਾਦਰ ਸਿਮਰਿਐ ਕਰ ਨਾਨ ਦਿਆਵੈ ਥਾਏ, ਸਭ ਥਾਈ ਹੋਏ ਸਹਾਏ।
ਸਭ ਥਾਈ ਹੋਏ ਸਹਾਇ। ਪਰਮ ਸਤਿਕਾਰਯੋਗ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਯਾਹਰਾ ਜ਼ਹੂਰ ਸਰਬ ਕਲਾ ਭਰਪੂਰ ਬੁਲੰਦ ਅਖਤਰ ਸ਼ਹਰਦ ਆਲਮ ਫਿਰੋਜ਼ ਚਸ਼ਮਾ ਆਬੇ ਹਯਾਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਜੇ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਵੱਡਿਆਂ ਭਾਗਾਂ ਵਾਲੇ ਸਰਬੱਤਰ ਮਾਈ ਭਾਈ ਸਤਸੰਗੀ ਜਨੋ, ਗੁਰੂ ਪਾਤਸ਼ਾਹ ਜੀ ਨੇ ਸਾਡੇ ਸਮੂਹ ਪਰ ਦਇਆ ਕੀਤੀ, ਮਿਹਰ ਕੀਤੀ, ਬਖਸ਼ਿਸ਼ ਕੀਤੀ ਜੋ ਇਸ ਵੇਲੇ ਸਤਿਗੁਰਾਂ ਨੇ ਆਪਣੀ ਪਾਵਨ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਆਪਣੀ ਅੰਮ੍ਰਿਤ ਬਾਣੀ ਦੇ ਕੀਰਤਨ ਔਰ ਇਸ ਵੇਲੇ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਕਥਾ ਵਿਚਾਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਆਓ ਜਿਤਨਾ ਸਮਾਂ ਹੋ ਸਕੇ ਰਲ ਮਿਲ ਕਰਕੇ ਵਿਚਾਰਾਂ ਦੀ ਸਾਂਝ ਪਾਉਣਾ ਕਰੀਏ। ਪਾਤਸ਼ਾਹ ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਵਿੱਚ ਆਪ ਵਰਤ ਕਰਕੇ ਆਪ ਹੀ ਕਥਾ ਵਿਚਾਰ ਕਰਵਾ ਲੈਣ। ਆਪ ਸਰਬੱਤਰ ਮਾਈ ਭਾਈ ਆਸੀਸ ਬਖਸ਼ੋ, ਆਸੀਸ ਬਖਸ਼ਦੇ ਹੋਏ ਫਤਿਹ ਗਜਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਹਿਨੁਮਾਈ ਦੇ ਅੰਦਰ ਆਪ ਸਮੁੱਚੀਆਂ ਸੰਗਤਾਂ ਜੁੜ ਮਿਲ ਕਰਕੇ ਬੈਠੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਆਪਾਂ ਸਤਿਗੁਰਾਂ ਦਾ ਇੱਕ ਬਚਨ ਸਾਂਝਾ ਕੀਤਾ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਮਿਹਰ ਕਰਦੇ ਹੋਏ ਕਹਿ ਰਹੇ ਨੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੀਤ। ਸੂਰਾ ਕਹਿੰਦੇ ਨੇ ਸੂਰਮਾ। ਮਹਾਰਾਜ ਜੀ ਕਹਿਣ ਲੱਗੇ ਸੂਰਮਾ ਉਸ ਬੰਦੇ ਨੂੰ ਜਾਣੋ ਜਿਹੜਾ ਵਿੱਚ ਮੈਦਾਨ ਦੇ ਜਾ ਕੇ ਲੜਦਾ ਹੈ। ਕਈ ਬੰਦੇ ਆਪਣੀ ਬਹਾਦਰੀ ਦੀਆਂ ਗੱਲਾਂ ਆਪਣੇ ਮੂੰਹ ਤੋਂ ਸੁਣਾਉਂਦੇ ਤੇ ਹੈ ਨੇ, ਕਰਦੇ ਤੇ ਹੈ ਨੇ, ਪਰ ਜਦੋਂ ਮੈਦਾਨ ਦੇ ਵਿੱਚ ਲੜਨ ਦੀ ਵਾਰੀ ਆਉਂਦੀ ਹੈ ਉਦੋਂ ਕਈ ਵਾਰ ਨੱਸ ਜਾਂਦੇ ਨੇ, ਭੱਜ ਜਾਂਦੇ ਨੇ, ਡਰ ਜਾਂਦੇ ਨੇ। ਦੁਨੀ ਚੰਦ ਵਾਂਗੂ ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਖਿਆ ਸੀ ਤੂੰ ਜਾ ਕੇ ਹਾਥੀ ਦਾ ਮੁਕਾਬਲਾ ਕਰਨਾ ਹੈ, ਪਰ ਡਰ ਗਿਆ। ਮਹਾਰਾਜ ਜੀ ਕਹਿਣ ਲੱਗੇ ਬੜਕਾਂ ਵਾਲੇ ਨਹੀਂ, ਸਿਰਫ ਛਾਤੀ ਤੇ ਹੱਥ ਮਾਰ ਕੇ ਗੱਲ ਕਰਨ ਵਾਲੇ ਨਹੀਂ। ਮਹਾਰਾਜ ਜੀ ਕਹਿਣ ਲੱਗੇ ਮੈਂ ਉਸ ਬੰਦੇ ਨੂੰ ਸੂਰਮਾ ਮੰਨਦਾ, ਮੈਂ ਉਸ ਬੰਦੇ ਨੂੰ ਸੂਰਮਾ ਗਿਣਦਾ ਜਿਹੜਾ ਮੈਦਾਨ ਦੇ ਵਿੱਚ ਜਾ ਕੇ ਵੈਰੀਆਂ ਨੂੰ ਭਾਜੜਾਂ ਪਾ ਦਿਆ ਕਰਦਾ। ਔਰ ਜੈਸੇ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਮਿਲ ਕਰਕੇ ਬੈਠੇ ਹਾਂ, ਇਹ ਐਸੇ ਹੀ ਸ਼ਹੀਦ ਨੇ
ਜੋ ਗੁਰੂ ਕਾਲ ਤੋਂ ਬਾਅਦ ਜਾਂ ਗੁਰੂ ਕਾਲ ਦੇ ਵੇਲੇ ਹੋਏ ਨੇ ਜਾਂ ਕੁਝ ਸਾਲ ਪਹਿਲਾਂ ਹੋਏ ਨੇ, ਐਸੇ ਸ਼ਹੀਦ ਨੇ ਜਿਨ੍ਹਾਂ ਨੇ ਵੈਰੀ ਨੂੰ ਭਾਜੜਾ ਹੀ ਪਾ ਦਿੱਤੀਆਂ। ਮਹਾਰਾਜ ਜੀ ਕਹਿਣ ਲੱਗੇ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਜਿਹੜਾ ਧਰਮ ਵਾਸਤੇ ਲੜਦਾ ਹੈ, ਜਰ ਜੋਰੂ ਜ਼ਮੀਨ ਪਿੱਛੇ ਨਹੀਂ, ਜਿਹੜਾ ਧਰਮ ਦੀ ਖਾਤਰ ਜੂਝਦਾ, ਧਰਮ ਦੀ ਖਾਤਰ ਲੜਦਾ, ਮਹਾਰਾਜ ਜੀ ਕਹਿਣ ਲੱਗੇ ਮੈਂ ਉਸ ਨੂੰ ਸੂਰਮਾ ਮੰਨਦਾ, ਉਸ ਬੰਦੇ ਨੂੰ ਮੈਂ ਸੂਰਬੀਰ ਗਿਣਦਾ। ਪੁਰਜਾ ਪੁਰਜਾ ਕੱਟ ਮਰ, ਔਰ ਉਹਦਾ ਪੁਰਜਾ ਪੁਰਜਾ ਭਾਵ ਉਹਦਾ ਅੰਗ ਅੰਗ ਕੱਟਿਆ ਜਾਏ, ਉਹਦਾ ਸੀਸ ਧੜ ਨਾਲੋਂ ਵੱਖਰਾ ਹੋ ਜਾਏ, ਪਰ ਅੰਦਰ ਦਾ ਜਜ਼ਬਾ ਨਾ ਖਤਮ ਹੋਵੇ। ਜੇ ਭਾਈ ਮਨੀ ਸਿੰਘ ਜੀ ਦੇ ਟੋਟੇ ਕਰਕੇ ਜਲਾਦਾਂ ਨੇ ਟੋਕਰੇ ਦੇ ਵਿੱਚ ਪਾਲੇ, ਸਾਡਾ ਇਤਿਹਾਸ ਕਹਿੰਦਾ, ਕਹਿਣ ਲੱਗੇ ਜਲਾਦਾਂ ਨੇ ਭਾਈ ਮਨੀ ਸਿੰਘ ਜੀ ਦੇ ਟੋਟੇ ਕਰਕੇ ਜਾ ਰਹੀ ਹੈ ਸਤਨਾਮ ਸ੍ਰੀ ਵਾਹਿਗੁਰੂ। ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡ ਖੇਤ, ਉਹ ਨਾ ਤੇ ਗੁਰੂ ਦਾ ਦਰ ਛੱਡਦਾ ਔਰ ਨਾ ਹੀ ਕਹਿਣ ਲੱਗੇ ਉਹ ਉਸ ਮੈਦਾਨ ਨੂੰ ਛੱਡਦਾ ਜਿੱਥੇ ਉਹ ਲੜ ਰਿਹਾ ਹੁੰਦਾ। ਇੱਕ ਮੇਰੇ ਗੱਲ ਯਾਦ ਆਈ, ਸਿੱਖ ਫੌਜੀ ਬੜੇ ਤੁਹਾਡੇ ਵੀ ਨਗਰ ਦੇ ਵਿੱਚੋਂ ਹੋਣਗੇ ਜਿਹੜੇ ਸਿੱਖ ਨੇ, ਸਾਬਤ ਸੂਰਤ ਨੇ ਔਰ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਤੇ ਐਸਾ ਹੀ ਇੱਕ ਗੁਰੂ ਨੂੰ ਪਿਆਰ ਕਰਨ ਵਾਲਾ, ਐਸਾ ਇੱਕ ਗੁਰੂ ਨੂੰ ਸਤਿਕਾਰ ਦੇਣ ਵਾਲਾ ਸਿੱਖ ਫੌਜ ਦੇ ਵਿੱਚ ਹੈ ਔਰ ਫੌਜ ਦੇ ਵਿੱਚ ਉਹਦੇ ਨਾਲ ਜਿਹੜੀ ਹੋਰ ਦੂਜੀ ਨਾਲ ਉਹਦੇ ਸਾਥੀ ਨੇ, ਹੋਰ ਬਟਾਲੀਅਨਾਂ ਨੇ, ਉਹ ਅਲੱਗ ਅਲੱਗ ਇਲਾਕਿਆਂ ਦੀਆਂ ਹੋਰ ਕਿਤੋਂ ਦੇ ਨੇ, ਕਿਸੇ ਦਿਨ ਉਹ ਇਕੱਲੇ ਬੈਠੇ। ਇੱਕ ਤੁਸੀਂ ਨਾਮ ਸੁਣਿਆ ਹੋਣਾ ਸ਼ਿਵਾਜੀ ਮਰਹੱਟੇ, ਸ਼ਿਵਾਜੀ ਮਰਹੱਟੇ ਮਹਾਰਾਸ਼ਟਰ ਦੇ ਇਲਾਕੇ ਦੇ ਵਿੱਚ ਹੋਇਆ ਤੇ ਮਰਾਠੀ ਲੋਕ ਉਸ ਨੂੰ ਰੱਬ ਵਾਂਗੂ ਪੂਜਦੇ ਨੇ ਮਹਾਰਾਸ਼ਟਰ ਦੇ ਵਿੱਚ। ਇਹਨਾਂ ਦੋਵਾਂ ਦੀਆਂ ਆਪਸ ਦੇ ਵਿੱਚ ਗੱਲਾਂ ਤੁਰੀਆਂ, ਇੱਕ ਮਰਹੱਟਾ ਔਰ ਦੂਜਾ ਗੁਰੂ ਕਾ ਸਿੱਖ ਹੈ, ਇੱਕ ਮਰਹੱਟਾ ਦੂਜਾ ਗੁਰੂ ਕਾ ਸਿੱਖ ਹੈ, ਤੇ ਗੁਰੂ ਕਾ ਸਿੱਖ ਆਪਣੀਆਂ ਗੱਲਾਂ ਸੁਣਾਉਂਦਾ, ਮਰਹੱਟਾ ਆਪਣੀਆਂ ਗੱਲਾਂ ਸੁਣਾਉਂਦਾ। ਤੇ ਜਦੋਂ ਗੱਲ ਆਈ, ਮਰਹੱਟਾ ਕਹਿਣ ਲੱਗਾ ਵੀ ਅਸੀਂ ਵੀ ਬੜੇ, ਸਾਡੇ ਵੀ ਬੜੇ ਯੁੱਧ ਕੀਤੇ, ਅਸੀਂ ਵੀ ਬੜੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ, ਤੈਨੂੰ ਪਤਾ ਵੀ ਸਾਨੂੰ ਮਰਹੱਟੇ ਕਿਉਂ ਕਹਿੰਦੇ ਨੇ, ਤੈਨੂੰ ਪਤਾ ਵੀ ਸਾਨੂੰ ਮਰਹੱਟੇ ਕਿਉਂ ਕਹਿੰਦੇ ਨੇ। ਕਹਿਣ ਲੱਗਾ ਤੈਨੂੰ ਇਹ ਗੱਲ ਸਮਝਣੀ ਤਾਂ ਔਖੀ ਹੋਏਗੀ, ਪਰ ਮੈਂ ਤੈਨੂੰ ਦੱਸਦਾ ਸਾਨੂੰ ਮਰਹੱਟੇ ਕਿਉਂ ਕਹਿੰਦੇ ਨੇ। ਇੱਕ ਤਾਂ ਹੁੰਦੀ ਗੱਲ ਦੱਸਣੀ, ਇੱਕ ਹੁੰਦਾ ਕਿਸੇ ਨੂੰ ਨੀਵਾਂ ਪਾਉਣਾ,
ਉਹ ਕਹਿਣ ਲੱਗਾ ਸਾਨੂੰ ਮਰਹਟੇ ਇਸ ਕਰਕੇ ਕਹਿੰਦੇ ਨੇ ਵੀ ਜਦੋਂ ਸਾਡੇ ਵੀਰ ਜਦੋਂ ਸਾਡੇ ਬਜ਼ੁਰਗ ਜੰਗੇ ਮੈਦਾਨਾਂ ਦੇ ਵਿੱਚ ਲੜਦੇ ਸੀ ਉਹ ਮਰ ਜਾਂਦੇ ਸੀ ਫੇਰ ਪਿੱਛੇ ਹਟਦੇ ਸੀ, ਬਿਨਾਂ ਮਰੇ ਉਹ ਪਿੱਛੇ ਨਹੀਂ ਸੀ ਹਟਦੇ। ਇਸੇ ਕਰਕੇ ਦੁਸ਼ਮਣ ਸਾਨੂੰ ਕਹਿੰਦਾ ਸੀ ਵੀ ਜੇ ਇਹਨਾਂ ਨੂੰ ਪਿੱਛੇ ਹਟਾਉਣਾ ਤੇ ਇਹਨਾਂ ਨੂੰ ਮਾਰ ਦਿਓ, ਇਹ ਮਰ ਹਟੇ, ਜੇ ਮਰਨਗੇ ਤਾਂ ਹਟਣਗੇ, ਨਹੀਂ ਤੇ ਦੀਵਾਰ ਬਣ ਕੇ ਖੜੇ ਰਹਿਣਗੇ। ਮਰਹਟਾ ਗੱਲ ਸੁਣਾ ਰਿਹਾ ਤੇ ਦੂਜੇ ਪਾਸੇ ਜਿਹੜਾ ਸਿੱਖ ਹੈ, ਸਿੱਖ ਫੌਜੀ ਹੈ, ਉਹਦੇ ਜਿਹਨ ਦੇ ਵਿੱਚ ਇੱਕ ਗੁਰੂ ਦੀ ਕਿਰਪਾ, ਗੁਰੂ ਦੀ ਬਾਤ, ਗੁਰੂ ਦੇ ਸਿੱਖ ਦੀ ਬਾਤ ਤੁਰ ਪਈ, ਗੁਰੂ ਦੀ ਬਾਤ ਦੇ ਵਿੱਚ ਖੋ ਗਿਆ। ਔਰ ਮਰਹਟੇ ਨੂੰ ਲੱਗਿਆ ਵੀ ਇਹ ਸੁਣ ਕੇ ਅਚੰਭਤ ਹੋ ਗਿਆ, ਹੁਣ ਉਹ ਥੋੜਾ ਜਿਹਾ ਹੰਕਾਰ ਵਿੱਚ ਆਇਆ, ਕਹਿਣ ਲੱਗਾ ਤੁਸੀਂ ਨਹੀਂ ਇਹ ਗੱਲ ਨੂੰ ਸਮਝ ਸਕਦੇ, ਤੈਨੂੰ ਪਤਾ ਅਸੀਂ ਇੰਨੇ ਵੱਡੇ ਯੋਧੇ ਹਾਂ, ਅਸੀਂ ਇਹੋ ਜਿਹੇ ਖਾਨਦਾਨਾਂ ਚੋਂ ਆਉਂਦੇ ਹਾਂ, ਸਾਡੇ ਬਜ਼ੁਰਗ ਨੇ ਮਰਹਟੇ ਜਿਹੜੇ ਮਰ ਜਾਂਦੇ ਸੀ ਫੇਰ ਹਟਦੇ ਸੀ, ਜਦੋਂ ਉਹ ਮਰਹੱਟਾ ਬੋਲਣੋਂ ਹੀ ਨਾ ਹਟਿਆ। ਸਿੱਖ ਫੌਜੀ ਨੇ ਆਪਣਾ ਪਰਸ ਕੱਢਿਆ, ਪਰਸ ਦੇ ਵਿੱਚ ਉਸਦੇ ਬਾਬਾ ਦੀਪ ਸਿੰਘ ਸਿਰਲੱਥ ਯੋਧੇ ਦੀ ਤਸਵੀਰ, ਜਿਸ ਦੇ ਤਲੀ ਦੇ ਉੱਪਰ ਜਿਹੜਾ ਸੀਸ ਰੱਖਿਆ ਹੋਇਆ। ਉਹ ਕਹਿਣ ਲੱਗਾ ਬੜਾ ਸਮਾਂ ਹੋ ਗਿਆ ਤੈਨੂੰ ਬੋਲਦਿਆਂ ਨੂੰ, ਚੁੱਪ ਕਰ, ਉਹ ਤੁਸੀਂ ਤਾਂ ਮਰਹਟੇ ਕਹਾਉਂਦੇ ਹੋ ਕਿਉਂਕਿ ਮਰ ਕੇ ਪਿੱਛੇ ਹਟ ਜਾਂਦੇ ਹੋ, ਸਾਡੇ ਬਾਬੇ ਦੀ ਗੱਲ ਸੁਣੇ ਦਾ ਸੀਸ ਵੀ ਲੱਥ ਗਿਆ ਸੀ ਪਰ ਇਹ ਪਿੱਛੇ ਫੇਰ ਵੀ ਨਹੀਂ ਸੀ ਹਟਿਆ, ਇਹਦਾ ਸੀਸ ਵੀ ਲੱਥ ਗਿਆ ਸੀ ਪਰ ਇਹ ਪਿੱਛੇ ਨਹੀਂ ਸੀ ਹਟਿਆ, ਤੁਸੀਂ ਮਰਹਟਿਆਂ ਚੋਂ ਆਉਂਦੇ ਹੋ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚੋਂ ਆਉਂਦੇ ਹਾਂ। ਉਹਨਾਂ ਸ਼ਹੀਦਾਂ ਦੀ ਗੱਲ ਕਰਨ ਵਾਸਤੇ ਆਪਾਂ ਬੈਠੇ ਹਾਂ ਜਿਹਦਾ ਸੀਸ ਲੱਥ ਗਿਆ ਪਰ ਪਿੱਛੇ ਨਹੀਂ ਹਟਿਆ। ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਅੱਜ ਦਾ ਸਿੱਖ ਇੰਨਾ ਜ਼ਿਆਦਾ ਸਿਆਣਾ ਹੋ ਗਿਆ, ਏਡੀਆਂ ਜ਼ਿਆਦਾ ਗੱਲਾਂ ਆ ਗਈਆਂ, ਕਹਿਣ ਲੱਗਾ ਵੀ ਸੀਸ ਕੱਟ ਕੇ ਤੇ ਇੱਦਾਂ ਨਹੀਂ ਹੋ ਸਕਦਾ, ਉੱਦਾਂ ਨਹੀਂ ਹੋ ਸਕਦਾ। ਤੇ ਹੁਣ ਤੇ ਵਿਗਿਆਨਿਕ ਯੁੱਗ ਹੈ, ਪੜ੍ਹੇ ਲਿਖੇ ਲੋਕਾਂ ਦਾ ਜ਼ਮਾਨਾ, ਹੁਣ ਤੇ ਇੰਟਰਨੈਟ ਦੇ ਉੱਪਰ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਜਿਹੜੇ ਇਹੋ ਜਿਹੀਆਂ ਕਰਾਮਾਤਾਂ ਹੋਈਆਂ ਨੇ ਉਹਨਾਂ ਲੋਕਾਂ ਨੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਲੋਕਾਂ ਨੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਸਾਡੇ ਵਾਸਤੇ ਇੱਕ ਉਦਾਹਰਨ ਬਣ ਗਈਆਂ। ਔਰ ਇੰਟਰਨੈਟ ਦੇ ਉੱਪਰ ਪਿਛਲੇ ਦਿਨੀ ਇੱਕ ਮੈਂ ਬਾਤ ਪੜ੍ਹੀ, ਫਿਰ ਉਸਨੂੰ ਸਰਚ ਕੀਤਾ ਗੂਗਲ ਤੇ ਜਾ ਕੇ, ਤੁਸੀਂ ਵੀ ਸਰਚ ਕਰ ਸਕਦੇ ਹੋ, ਇੱਕ ਸੰਤ ਡੇਨਿਸ ਹੋਏ ਨੇ, ਸੰਤ ਡੇਨਿਸ ਜਿਹੜੇ ਈਸਾਈਅਤ ਦੇ ਪ੍ਰਚਾਰਕ ਸੀ, ਫਰਾਂਸ ਦੇ ਵਿੱਚ ਪ੍ਰਚਾਰ ਕਰਦੇ ਸੀ। ਇੱਕ ਨਿੱਕੀ ਜਿਹੀ ਗੱਲ ਕਹਿ ਕੇ ਮੈਂ ਆਪਣੇ ਇਤਿਹਾਸ ਤੇ ਵਾਪਸ ਪਰਤਾਂਗਾ। ਬੜੇ ਲੋਕ ਕਹਿੰਦੇ ਨੇ ਤਰਕਵਾਦੀ, ਮੂੜ ਗਿਆਨੀ, ਚੁੰਚ ਗਿਆਨੀ ਤਰਕਾਂ ਕਰਦੇ ਨੇ ਵੀ ਇੱਦਾਂ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ, ਆਹ ਬਾਣੀ ਹੋ ਸਕਦੀ ਹੈ, ਆਹ ਨਹੀਂ ਹੋ ਸਕਦੀ, ਗੁਰੂ ਗਿਆਨ ਹੈ, ਗੁਰੂ ਜਰੀ ਹੈ, ਇਹ ਇੱਦਾਂ ਬਹੁਤ ਤਰ੍ਹਾਂ ਦੀਆਂ ਬਾਤਾਂ ਕਰਦੇ। ਪਰ ਉਹ ਸੰਤ ਡੇਨਿਸ ਦਾ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ, ਕਹਿਣ ਲੱਗੇ ਵਿਰੋਧੀਆਂ ਨੇ ਸੰਤ ਡੇਨਿਸ ਦਾ, ਸੈਂਟ ਡੇਨਿਸ ਇੰਗਲਿਸ਼ ਦੇ ਵਿੱਚ ਸੈਂਟ ਕਹਿੰਦੇ ਨੇ, ਆਪਾਂ ਸੰਤ ਕਹਿੰਦੇ ਹਾਂ, ਜਿੱਦਾਂ ਉਹਨੂੰ ਸੈਂਟਾ ਕਲੋਜ਼ ਕਹਿੰਦੇ ਨੇ ਨਾ, ਉਹ ਸੈਂਟਾ ਕਲੋਜ਼ ਸੰਤ ਕਲੋਜ਼ ਭਾਵ ਸਮਝੇ ਹੁਣ, ਉਹ ਸੰਤ ਡੇਨਿਸ ਹੈ ਜਿਹੜਾ, ਉਹਦਾ ਸਿਰ ਵੱਢ ਦਿੱਤਾ ਵਿਰੋਧੀਆਂ ਨੇ, ਤੇ ਕਹਿਣ ਲੱਗੇ ਉਸਨੇ ਆਪਣਾ ਜਿਹੜਾ ਸਿਰ ਹੈ ਉਹ ਚੁੱਕਿਆ, ਹੱਥਾਂ 'ਤੇ ਰੱਖਿਆ ਤੇ ਚੱਲ ਕੇ ਉਸ ਥਾਂ ਦੇ ਉੱਪਰ ਚਲਾ ਗਿਆ ਜਿੱਥੇ ਉਸਨੇ ਆਪਣੀ ਕਬਰ ਬਣਵਾਉਣੀ ਸੀ, ਜਿੱਥੇ ਉਸਨੇ ਆਪਣੀ ਕਬਰ ਦੀ ਥਾਂ ਨੀਯਤ ਕੀਤੀ ਹੋਈ ਸੀ। ਇਹ ਅੱਜ ਤੋਂ ਕਈ ਸੌ ਸਾਲ ਪਹਿਲਾਂ ਦੀ ਬਾਤ ਹੈ, ਕਈ ਸੌ ਸਾਲ
ਪਹਿਲਾਂ ਦੀ ਬਾਤ ਹੈ। ਔਰ ਅੱਜ ਬੜੇ ਧੰਨ ਬਾਬਾ ਦੀਪ ਸਿੰਘ ਜੀ, ਐਸੇ ਮਹਾਂਪੁਰਖ, ਐਸੇ ਸ਼ਹੀਦਾਂ ਤੇ, ਐਸੀਆਂ ਰੰਗਲੀਆਂ ਫੌਜਾਂ ਤੇ ਆਪਣੀ ਸ਼ੰਕਾ ਦੀ ਨਿਗਾਹ ਦੇ ਨਾਲ ਵੇਖਦੇ ਨੇ। ਮੈਂ ਸਿਰਫ ਇੱਕੋ ਬੇਨਤੀ ਕਰਕੇ ਅਗਾਂਹ ਨੂੰ ਤੁਰਾਂਗਾ ਕਿ ਜਿੱਥੇ ਤਰਕ ਹੁੰਦਾ ਉੱਥੇ ਨਰਕ ਹੁੰਦਾ, ਜਿੱਥੇ ਤਰਕ ਹੁੰਦਾ ਉੱਥੇ ਨਰਕ ਹੁੰਦਾ, ਜਿੱਥੇ ਸਮਰਪਣ ਹੋ ਜਾਂਦਾ ਉੱਥੇ ਸਵਰਗ ਬਣ ਜਾਇਆ ਕਰਦਾ। ਔਰ ਇਸ ਗੁਰੂ ਦੇ ਵੱਲ ਕਦੇ ਵੀ ਤਰਕ ਵਾਲੀ ਉਂਗਲ ਕਰਕੇ ਨਾ ਵੇਖਿਓ ਵੀ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ। ਸਾਨੂੰ ਅਜੇ ਪਤਾ ਤੇ ਇਉਂ ਨਹੀਂ ਸਾਡੇ ਆਪਣੇ ਘਰ ਵਿੱਚ ਕੀ ਚੱਲੀ ਜਾਂਦਾ, ਸਾਨੂੰ ਪਤਾ ਤੇ ਇਉਂ ਨਹੀਂ ਲੱਗਦਾ ਵੀ ਸਾਡੇ ਆਪਣੇ ਘਰ ਵਿੱਚ ਕੀ ਚੱਲੀ ਜਾਂਦਾ। ਤੇ ਗੱਲਾਂ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਦੀਆਂ ਵੀ ਅਸੀਂ ਵਿਚਾਰਾਂਗੇ, ਪੜ੍ਹਾਂਗੇ, ਦੱਸਾਂਗੇ ਵੀ ਇਹ ਹੈ ਜਾਂ ਨਹੀਂ। ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ, ਮੈਂ ਕਈ ਵਾਰ ਬੇਨਤੀ ਕਰਨਾ ਹੁੰਦਾ, ਇਹ ਵੀ ਜਿਵੇਂ ਪੰਜਾਬੀ ਦੇ ਵਿੱਚ ਕਹਾਵਤ ਹੈ ਨਾ, ਖਾਲਾ ਜੀ ਦਾ ਵਾੜਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ ਵਿਚਾਰ ਲੈਣਾ, ਪੜ੍ਹ ਲੈਣਾ, ਕਾਗੜਦੰਗ ਕਾਤੀ ਕਟਾਰੀ ਕੜਾਕੰ, ਤਾਗੜਦੰਗ ਤੀਰੰਗ ਤੁਪਕੰ ਤੜਾਕੰ, ਚਾਗੜਦੰਗ ਨਾਗੜਦੰਗ ਵਾਗੜਦੰਗ ਬਾਜੇ, ਗਾਗੜਦੰਗ ਗਾਜੀ ਮਹਾਂ ਗਜ ਗਾਜੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਲਮ ਦੇ ਤੀਰ ਚਲਾਉਣ ਲੱਗੇ, ਉਹਦੇ ਤੀਰਾਂ ਦੇ ਅੱਗੇ ਕੋਈ ਕਵੀ ਨਹੀਂ, ਕੋਈ ਐਸਾ ਵਿਦਵਾਨ ਨਹੀਂ, ਕੋਈ ਐਸਾ ਸਿਆਣਾ ਨਹੀਂ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬੋਲਾਂ ਨੂੰ ਸੁਣ ਸਕੇ। ਤੇ ਅੱਜ ਲੋਕੀ ਤਰਕ ਦੀ ਉਂਗਲ ਕਰ ਦਿੰਦੇ ਨੇ ਵੀ ਇਹ ਤੇ ਬਾਣੀ ਹੈ ਨਹੀਂ, ਇਹ ਤੇ ਬਾਣੀ ਹੈ ਨਹੀਂ। ਆਪ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਸਾਰੀਆਂ ਹਰਕਤਾਂ ਲੋਕੀ ਕਰਦੇ ਨੇ, ਜੇ ਉਹ ਕਿਸੇ ਵੀ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਉਸ ਪਾਸੇ ਨਹੀਂ ਆਉਣਾ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ, ਨਿਰਜ਼ੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ, ਭੂਪਨ ਕੇ ਭੂਪ ਹੋ ਕੇ ਦਾਤਾ ਮਹਾਂ ਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ, ਦਵਈਆ ਰੋਗ ਸੋਗ ਕੇ ਮਟਈਆ ਕਿਦੋ ਮਾਨੀ ਮਹਾਂ ਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ, ਸਿੱਧਤਾ ਕੀ ਸੂਰਤ ਹੋ ਕੇ ਸਿੱਧਤਾ ਕੀ ਸ਼ਾਨ ਹੋ, ਜੋਬਨੂ ਕੇ ਜਾਲੂ ਕੇ ਕਾਲੂ ਕੇ ਕਾਲੋ ਕੇ, ਸਤਰਣ ਕੇ ਸੂਲੋ ਕੇ ਮਿੱਤਰਣ ਕੇ ਪ੍ਰਾਣ ਹੋ। ਮਹਾਰਾਜ ਸੱਚੇ ਪਾਤਸ਼ਾਹ ਕੈਸੇ ਕੈਸੇ ਬੋਲ ਆਪਣੀ ਇਸ ਮੁਬਾਰਕ ਰਸਨਾ ਤੋਂ ਸੰਗਤਾਂ ਦੇ ਪ੍ਰਥਾਏ ਸੰਗਤਾਂ ਨੂੰ ਦੱਸ ਰਹੇ ਨੇ। ਆਪਾਂ ਗੱਲ ਕਰ ਰਹੇ ਸਾਂ ਸ਼ਹੀਦਾਂ ਦੀ, ਔਰ ਜਿਹੜੇ ਸ਼ਹੀਦ ਹੋਏ ਨੇ ਕੌਮ ਦੇ ਸ਼ਹੀਦ, ਕੌਮ ਵਾਸਤੇ ਆਪਣਾ ਆਪ ਸਭ ਕੁਝ ਕੌਮ ਦੇ ਲੇਖੇ ਲਾ ਗਏ। ਬੜੇ ਸ਼ਹੀਦ ਨੇ ਜਿਹੜੇ ਗਿਣਤੀ ਦੇ ਵਿੱਚ ਨੇ, ਜਿਨ੍ਹਾਂ ਦਾ ਸਾਨੂੰ ਪਤਾ, ਜਿਹੜੇ ਕਿਸੇ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ, ਹੁਣ ਤੱਕ ਆਪਣੇ ਪੰਥ ਦੇ ਅੰਦਰ ਗਿਣਤੀ ਦੇ ਵਿੱਚ ਕਹਿਣ ਲੱਗੇ 9 ਲੱਖ ਸ਼ਹੀਦ ਹੋ ਚੁੱਕੇ ਆ, 9 ਲੱਖ। ਤੇ ਅਜੇ ਅਸੀਂ 550 ਸਾਲਾਂ ਦਾ ਹੋਣਾ ਅਗਲੇ ਸਾਲ। ਧਰਮ ਦੀ, ਆਪਣੇ ਧਰਮ ਦੀ, ਸਿੱਖ ਧਰਮ ਦੀ ਉਮਰ ਕਿੰਨੀ ਹੈ? ਇਸ 23 ਨਵੰਬਰ ਨੂੰ ਸਾਡਾ ਸਿੱਖ ਧਰਮ ਉਮਰ ਕਰਕੇ ਹੋ ਜਾਏਗਾ 549 ਸਾਲਾਂ ਦਾ। ਤੇ 549 ਸਾਲਾਂ ਦੇ ਵਕਫੇ ਦੇ ਵਿੱਚ ਸਾਡੇ ਇਸ ਪੰਥ ਦੇ ਵਿੱਚ 9 ਲੱਖ ਸ਼ਹੀਦ ਹੋ ਚੁੱਕੇ ਆ, 9 ਲੱਖ। ਹੁਣ 9 ਲੱਖ ਦਾ ਤੇ ਹੋ ਸਕਦਾ ਆਪਾਂ ਨਾਮ ਵੀ ਨਾ ਜਾਣਦੇ ਹੋਈਏ। ਇਹ ਗੁਰਮੁਖ ਪਿਆਰੇ ਉਹਨਾਂ ਨੇ ਕਿਤਾਬ ਲਿਖੀ ਬੜੇ ਬੜੇ ਡੂੰਘੇ ਵਿੱਚ ਜਾ ਕੇ ਵੀ ਕਿਵੇਂ ਕਿਵੇਂ ਜਿਹੜੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਵੇਰਵਾ ਮਿਲਦਾ ਗਿਆ, ਉਹ ਲਿਖਦੇ ਗਏ। 9 ਲੱਖ ਸ਼ਹੀਦ, ਜੇ ਆਪਾਂ ਇਉਂ ਕਹਿ ਲਈਏ, 9 ਲੱਖ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਦਾ ਸਮਾਗਮ ਹੈ। ਕੁਝ ਐਸੇ ਸ਼ਹੀਦ ਨੇ ਜਿਹੜੇ ਕਿਸੇ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ, ਕੁਝ ਐਸੇ ਸ਼ਹੀਦ ਨੇ ਜਿਨ੍ਹਾਂ ਬਾਰੇ ਪਤਾ ਕਿ ਇਹਨਾਂ ਨੂੰ ਜ਼ਾਲਮ ਨੇ
ਸ਼ਹੀਦ ਕਰ ਦਿੱਤਾ, ਜ਼ੁਲਮ ਦੇ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ। ਕੁਝ ਐਸੇ ਸ਼ਹੀਦ ਨੇ ਜਿਨ੍ਹਾਂ ਬਾਰੇ ਪਤਾ ਹੀ ਕੁਝ ਨਹੀਂ, ਜਿਨ੍ਹਾਂ ਦਾ ਥਹੁ ਪਤਾ ਨਹੀਂ ਹੈ, ਜਿਨ੍ਹਾਂ ਦਾ ਟਿਕਾਣਾ ਨਹੀਂ ਹੈ, ਜਿਨ੍ਹਾਂ ਬਾਰੇ ਜੇ ਆਪਾਂ ਗੱਲ ਕਰ ਲਈਏ ਜਸਵੰਤ ਸਿੰਘ ਖਾਲੜਾ ਵਰਗੇ ਉਹਨਾਂ ਸ਼ਹੀਦਾਂ ਦੀ ਰਾਖ ਲੱਭਦੇ ਹੀ ਉਹ ਰਾਖ ਦੇ ਵਿੱਚ ਰਾਖ ਹੋ ਗਏ। ਐਸੇ ਸ਼ਹੀਦਾਂ ਬਾਰੇ ਸਾਨੂੰ ਪਤਾ ਵੀ ਹੈ ਨਹੀਂ, ਐਸੇ ਸ਼ਹੀਦਾਂ ਬਾਰੇ ਅਸੀਂ ਜਾਣਦੇ ਵੀ ਨਹੀਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨਾਮ ਜਪਣ ਵਾਲੇ ਨੇ, ਐਸੇ ਕਮਾਈ ਵਾਲੀਆਂ ਰੂਹਾਂ ਨੇ, ਉਹਨਾਂ ਦੇ ਪਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਅਸਲ ਦੇ ਵਿੱਚ ਸੂਰਮਾ ਹੈ ਜਿਹੜਾ ਵਿੱਚ ਮੈਦਾਨ ਦੇ ਜਾ ਕੇ ਜ਼ੁਲਮ ਦਾ ਟਾਕਰਾ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਪੰਥ ਨੂੰ ਇੱਕ ਐਸੀ ਵੱਖਰੀ ਰੰਗਤ ਦੇ ਦਿੱਤੀ, ਇਸ ਜ਼ੁਬਾਨ ਦੇ ਉੱਪਰ, ਦੱਬੀ ਹੋਈ ਜ਼ੁਬਾਨ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੇ ਚੜ੍ਹਦੀ ਕਲਾ ਵਾਲੇ ਬੋਲ ਬਖਸ਼ ਦਿੱਤੇ ਜਿਹੜੇ ਲੋਕ ਕਹਿੰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਕੋਲੇ ਆ ਕਿਰਪਾਨਾਂ ਦੀਆਂ, ਸਾਡੇ ਕੋਲੇ ਆ ਤੀਰਾਂ ਦੀਆਂ, ਸਾਡੇ ਕੋਲੇ ਬੰਦੂਕਾਂ ਦੀਆਂ ਗੱਲਾਂ ਨਾ ਕਰੋ, ਅਸੀਂ ਤੇ ਉਹ ਬੰਦੇ ਹਾਂ ਜਿਹੜੇ ਮਸਾਲਾ ਤੋਲਦੇ ਹਾਂ, ਅਸੀਂ ਤੇ ਉਹ ਬੰਦੇ ਹਾਂ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਹਾਂ, ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੀ ਤਾਂ ਹਮਡਰ ਜਾਊ ਮੁਗਲਣ ਸਿਓ ਕੈਸੇ ਲੜ ਪਾਊ। ਉਹ ਕਹਿੰਦੇ ਨੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਸੀਂ 3 ਫੁੱਟ ਦੀਆਂ ਤੇਗਾਂ ਦੀ ਗੱਲ ਕਰਦੇ ਹੋ, ਅਸੀਂ ਤਾਂ ਕਦੇ ਨੰਗਾ ਚਾਕੂ ਨਹੀਂ ਫੜਿਆ, ਅਸੀਂ ਤਾਂ ਕਦੇ ਕਰਦ ਨਹੀਂ ਫੜੀ, ਤੁਸੀਂ ਤੇ 3 ਫੁੱਟ ਦੇ ਤੇਗਿਆਂ ਦੀ ਗੱਲ ਕਰਦੇ ਹੋ, ਤੁਸੀਂ ਤੇ ਗੱਲ ਕਰਦੇ ਹੋ ਨੇਜਿਆਂ ਦੀ, ਜੇ ਚਿੜੀ ਜ਼ੋਰ ਦੀ ਖੰਭ ਮਾਰ ਕੇ ਉੱਡ ਜਾਏ ਅਸੀਂ ਤਾਂ ਉਹਦੀ ਆਵਾਜ਼ ਸੁਣ ਕੇ ਡਰ ਜਾਂਦੇ ਹਾਂ, ਤੁਸੀਂ ਗੱਲ ਕਰਦੇ ਹੋ ਵੀ ਅਸੀਂ ਮੁਗਲਾਂ ਨਾਲ ਲੜਾਂਗੇ। ਅੱਗੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਚਿੜੀਆਂ ਦੇ ਉੱਡਣ ਤੋਂ ਡਰਨ ਵਾਲਿਆ, ਉਹ ਮਸਾਲਾ ਉਹ ਪੰਸਾਰੀ ਦੀ ਦੁਕਾਨ ਦੇ ਵਿੱਚ ਬਹਿ ਕੇ ਕੁਝ ਬੱਟੀਆਂ ਨੂੰ ਤੋਲਣ ਵਾਲਿਆ ਗੱਲ ਸੁਣ, ਮੈਂ ਤੇਰੇ ਇਸ ਮੁੱਖ ਦੇ ਵਿੱਚ ਖੰਡੇ ਦੀਆਂ ਘੁੱਟਾਂ ਪਾਵਾਂਗਾ, ਤੇਰੀ ਜ਼ੁਬਾਨ ਦੇ ਉੱਪਰ ਮੈਂ ਗੁਰੂ ਨਾਨਕ ਦੀ ਬਾਣੀ ਪੜਾਵਾਂਗਾ, ਔਰ ਅੱਜ ਤੂੰ ਗੱਲ ਕਰਦਾ ਮੈਂ ਨੰਗੀਆਂ ਕਰਦਾ ਕਦੇ ਨਹੀਂ ਫੜੀਆਂ, ਤੇਰੇ ਇਸ ਹੱਥ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਗਾ ਫੜਾ ਕੇ ਮੈਂ ਮੁਗਲਾਂ ਦੇ ਆਹੂ ਲਹਾਵਾਂਗਾ। ਜਿਹਨੂੰ ਆਪਾਂ ਪੜ੍ਹਦੇ ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਬਚਨ ਕਰਦੇ ਨੇ, ਚਿੜੀਓ ਸੇ ਮੈਂ ਬਾਜ ਤੜਾਊ ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਸ਼ਹੀਦ ਸਾਡੀ ਕੌਮ ਦੇ ਅੰਦਰ, ਸਾਡੇ ਪੰਥ ਦੇ ਅੰਦਰ ਇਹ ਜਜ਼ਬਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਰਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਜਜ਼ਬਾ ਭਰਿਆ ਕਿ ਜਿਹੜਾ ਸਿੱਖ ਹੈ ਜਿੱਥੇ ਕਿਤੇ ਜ਼ੁਲਮ ਹੁੰਦਾ ਉਹ ਜ਼ੁਲਮ ਕਰਨ ਵਾਲੇ ਜ਼ਾਲਮ ਦੇ ਖਿਲਾਫ ਆਪਣੇ ਗਾਤਰੇ ਪਾਈ ਤੇਗ ਖਿੱਚ ਲੈਂਦਾ। ਪਰ ਅੱਜ ਸਮਾਂ, ਅੱਜ ਵਕਤ ਇਹ ਵੀ ਹੈ, ਅੱਜ ਕੁਝ ਕੁਰਸੀ ਦੀ ਚੌਧਰ ਦੇ ਪਿੱਛੇ, ਕੁਰਸੀ ਦੇ ਲਾਲਚ ਦੇ ਪਿੱਛੇ ਅਸੀਂ ਤੇਗਾਂ ਤੇ ਪਾਈਆਂ ਨੇ, ਕਿਰਪਾਨਾਂ ਤੇ ਪਾਈਆਂ ਨੇ, ਪਰ ਇਹ ਨਾਮ ਦੀਆਂ ਹੀ ਪਾਈਆਂ ਨੇ। ਜ਼ੁਲਮ ਵੀ ਹੋਈ ਜਾਂਦਾ, ਜ਼ਾਲਮ ਆਵਾਜ਼ਾਂ ਵੀ ਮਾਰੀ ਜਾਂਦਾ, ਤੇ ਸਿੱਖ ਉਦਾਂ ਦਾ ਉਦਾਂ ਸੁੱਤਾ ਵੀ ਪਿਆ। ਕਾਰਨ ਗੁਰੂ ਦੇ ਸ਼ਬਦ ਦੇ ਵਿੱਚ, ਗੁਰੂ ਦੀ ਬਾਣੀ ਦੇ ਵਿੱਚ, ਗੁਰੂ ਦੀ ਕਿਰਪਾ ਦੇ ਵਿੱਚ ਕੋਈ ਕਮੀ ਨਹੀਂ, ਕਮੀ ਹੈ ਤਾਂ ਇਸ ਸੁਣਨ ਵਾਲੇ ਅੰਦਰ ਦੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਹਿਲਾ ਸ਼ਬਦ
ਤਕਰੀਬਨ ਮੇਰੇ ਖਿਆਲ ਵਿੱਚ ਭਾਈ ਦਵਿੰਦਰ ਸਿੰਘ ਜੀ ਨੇ ਉਹ ਪਹਿਲਾ ਸ਼ਬਦ ਪੜ੍ਹਿਆ ਸੀ ਜਿਹਦੇ ਵਿੱਚ ਪਾਤਸ਼ਾਹ ਜੂਰ ਕਿਰਪਾ ਕਰਦੇ ਹੋਏ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਮਨ ਤਨ ਆਗਿਆ ਰਾਖਕੈ ਉਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਆ ਸਭ ਰਾਜ ਸ੍ਰਿਸ਼ਟ ਕਾਲੀ ਵਾਰ ਦਾ ਬਚਨ ਹੈ ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਕਹਿੰਦੇ ਨੇ ਸਿੱਖਾ ਆਪਣਾ ਸਭ ਕੁਝ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਕੇ ਸੇਵਾ ਕਰੀ ਫਿਰ ਦੇਖੀ ਗੁਰੂ ਤੇਰੇ ਤੇ ਨਿਹਾਲ ਕਿਵੇਂ ਹੁੰਦਾ ਇੱਥੇ ਵੱਡੇ ਸਰੀਰਾਂ ਦੀ ਗੱਲ ਨਹੀਂ ਹੈ ਵੱਡੇ ਕੱਦਾਂ ਦੀ ਗੱਲ ਨਹੀਂ ਹੈ ਵੀ ਵੱਡੇ ਡੌਲਿਆਂ ਦੀ ਗੱਲ ਨਹੀਂ ਵੱਡੀਆਂ ਛਾਤੀਆਂ ਦੀ ਗੱਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਕੱਦ ਦੇ ਵਿੱਚ ਬੜਾ ਛੋਟਾ ਹੈ ਪਰ ਹੌਸਲਾ ਹੀ ਐਡਾ ਬਖਸ਼ ਦਿੱਤਾ ਜਜ਼ਬਾ ਹੀ ਐਡਾ ਭਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਗਣੀ ਫੜਾ ਕੇ ਭਾਈ ਬਚਿੱਤਰ ਸਿੰਘ ਦੇ ਮੋਢਿਆਂ ਤੇ ਹੱਥ ਰੱਖ ਕੇ ਕਹਿਣ ਲੱਗੇ ਬਚਿੱਤਰ ਸਿਆਂ ਮੇਰੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੱਸ ਹਾਥੀ ਦਾ ਮੁਕਾਬਲਾ ਕਰ ਲਏਗਾ ਮੈਨੂੰ ਜਵਾਬ ਦੇ ਤੂੰ ਹਾਥੀ ਦਾ ਮੁਕਾਬਲਾ ਕਰ ਲਏਗਾ ਅੱਗੋ ਬਚਿੱਤਰ ਸਿੰਘ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੇ ਬਚਿੱਤਰ ਸਿੰਘ ਨੂੰ ਪੁੱਛਦੇ ਹੋ ਤਾਂ ਨਹੀਂ ਕਰ ਸਕਦਾ ਪਰ ਜੇ ਤੇਰੀ ਕਿਰਪਾ ਇਹੋ ਜਿਹਾ ਇੱਕ ਹਾਥੀ ਕੀ ਇਹੋ ਜਿਹੇ 100 ਹਾਥੀ ਆ ਜਾਣ ਬਚਿੱਤਰ ਸਿੰਘ ਸਾਰਿਆਂ ਨੂੰ ਅੱਗੇ ਲਾ ਲਏਗਾ ਹੁਣ ਗੱਲ ਸਰੀਰ ਦੀ ਨਹੀਂ ਸੀ ਸਰੀਰ ਕਰਕੇ ਭਾਈ ਬਚਿੱਤਰ ਸਿੰਘ ਦਾ ਕੱਦ ਮਧਰ ਹੈ ਜੁੱਸੇ ਕਰਕੇ ਭਾਈ ਬਚਿੱਤਰ ਸਿੰਘ ਦਾ ਜੁੱਸਾ ਬੜਾ ਘੱਟ ਹੈ ਪਰ ਹੌਸਲਾ ਜਜ਼ਬਾ ਇੰਨਾ ਕੁ ਭਰ ਦਿੱਤਾ ਕਿ ਜਿਹੜਾ ਹਾਥੀ ਆ ਰਿਹਾ ਕੋਈ ਜ਼ਾਲਮ ਆ ਰਿਹਾ ਜ਼ੁਲਮ ਆ ਰਿਹਾ ਉਹਦਾ ਡਟ ਕੇ ਮੁਕਾਬਲਾ ਕੀਤਾ ਜਾ ਰਿਹਾ ਇਹ ਤੇ ਗੱਲਾਂ ਨੇ ਉਹ ਜਿਹੜੀਆਂ ਸਾਡੇ ਇਤਿਹਾਸ ਦੇ ਵਿੱਚ ਲਿਖੀਆਂ ਨੇ ਇਹ ਗੱਲਾਂ ਨੇ ਉਹ ਜਿਹੜੀਆਂ ਅਸੀਂ ਗੁਰਸਿੱਖਾਂ ਦੇ ਦੁਆਰਾ ਰਚਿਤ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਇੱਕ ਬਾਤਾਂ ਉਹ ਵੀ ਨੇ ਜੋ 1984 ਦੇ ਵਿੱਚ ਗੁਰੂ ਕੇ ਪਿਆਰੇ ਸਾਰਾ ਕੁਝ ਦੁਹਰਾ ਗਏ ਆਪਣੇ ਇਤਿਹਾਸ ਨੂੰ ਗੇੜਾ ਦੇ ਗਏ ਗੁਰੂ ਕੇ ਸਿੱਖ ਵੀ ਜੇ ਉਸ ਵੇਲੇ ਗੁਰੂ ਕੇ ਸਿੱਖ ਨੂੰ ਕਿਸੇ ਨੂੰ ਦੁਫਾੜ ਕੀਤਾ ਸੀ ਤਾਂ 1984 ਦਾ ਵੇਲਾ ਸੀ ਜਦੋਂ ਜ਼ਾਲਮ ਪੁਲਿਸ ਨੇ ਜ਼ਾਲਮ ਪੰਜਾਬ ਪੁਲਿਸ ਨੇ ਜਿਹੜੇ ਸਿੱਖ ਸੀ ਉਹਨੂੰ ਇੱਕ ਟਾਇਰ ਇੱਕ ਜੀਪ ਦੇ ਨਾਲ ਬੰਨਿਆ ਇੱਕ ਪੈਰ ਇੱਕ ਜੀਪ ਦੇ ਨਾਲ ਬੰਨਿਆ ਦੂਜਾ ਪੈਰ ਦੂਜੀ ਜੀਪ ਦੇ ਨਾਲ ਬੰਨਿਆ ਦੋਵੇਂ ਪਾਸੇ ਚਲਾਈਆਂ ਤੇ ਵਿਚਾਲੋਂ ਪਾੜੇ ਪਰ ਉਹ ਉਹਨਾਂ ਦੇ ਚਿਹਰੇ ਦੀ ਰੌਣਕ ਤੇ ਜਵਾਨੋ ਸਤਨਾਮ ਵਾਹਿਗੁਰੂ ਦਾ ਸਿਮਰਨ ਨਹੀਂ ਖੋ ਸਕੇ ਜਿਹੜੇ ਬਾਹਰ ਖੜ ਕੇ ਲਲਕਾਰੇ ਮਾਰਦੇ ਸੀ ਵੀ ਅੰਦਰ ਵੀ ਬਰਾੜ ਹੈ ਤੇ ਬਾਹਰ ਵੀ ਬਰਾੜ ਹੈ ਪਰ ਬਾਹਰ ਵਾਲਾ ਬਰਾੜ ਕੁਝ ਘੰਟਿਆਂ ਦੇ ਵਿੱਚ ਅੰਦਰ ਵਾਲੇ ਬਰਾੜ ਨੂੰ ਚਿੱਤ ਕਰ ਦਏਗਾ ਅਸੀਂ ਹਾਂ ਲੱਖਾਂ ਦੀ ਤਾਦਾਦ ਦੇ ਵਿੱਚ ਅੰਦਰ ਨੇ ਗਿਣਤੀ ਦੇ ਸਿੰਘ ਇਹਨਾਂ ਨੂੰ ਪਤਾ ਨਹੀਂ ਸੀ ਬਾਹਰ ਨੇ ਮਾਇਆ ਕਰਕੇ ਪੈਸੇ ਕਰਕੇ ਲੜਨ ਵਾਲੇ ਤੇ ਅੰਦਰ ਨੇ ਗੁਰੂ ਕੇ ਕਰਕੇ ਲੜਨ ਵਾਲੇ ਬਾਹਰ ਨੇ ਮੁੱਲ ਖਰੀਦੇ ਹੋਏ ਸਿਪਾਹੀ ਅੰਦਰ ਨੇ ਮਰਜੀਵੜੇ ਸਿੰਘ ਇਹ ਗਲਤੀ ਤੇ ਕਰ ਦਿੱਤੀ ਕਹਿਣ ਦੀ ਵੀ 4-5 ਘੰਟੇ ਲੱਗਣਗੇ ਤੇ 4-5 ਘੰਟੇ ਦਿਨਾਂ ਦੇ ਵਿੱਚ ਤਬਦੀਲ ਹੋ ਗਏ ਹਾਰ ਕੇ ਉਸ ਨੂੰ ਕਹਿਣਾ ਪਿਆ ਵੀ ਨਹੀਂ ਇਹਨਾਂ ਨੂੰ ਮੈਂ ਜਿੱਤ ਨਹੀਂ ਸਕਦਾ ਇਹਨਾਂ ਨੂੰ ਮੈਂ ਜਿੱਤ ਨਹੀਂ ਸਕਦਾ ਕਿਸੇ ਨੂੰ ਜਾਨੋ ਮਾਰ ਦੇਣਾ ਇਹ ਜਿੱਤ ਨਹੀਂ ਹੋਇਆ ਕਰਦੀ ਜਿੱਤ ਉਹ ਹੁੰਦੀ ਹੈ ਜਿਹੜਾ ਬੰਦਾ ਪਹਿਲਾਂ ਜਵਾਨੋਂ ਬੋਲ ਕਹਿ ਦੇ ਤੇ ਪੁਗਾ ਦੇਵੇ ਔਰ ਗਿਣਤੀ ਦੇ ਕੁਝ ਕੁ ਸਿੰਘ ਨੇ ਉਸ ਭਾਰਤੀ ਫੌਜ ਦੇ ਮੁਕਾਬਲੇ ਅੰਦਰ ਦੇ ਵਿੱਚ ਅੰਦਰ ਤੁਸੀਂ ਬਾਕੀ ਸਾਰਾ ਇਤਿਹਾਸ ਹੈ ਜਿਹੜਾ ਉਹਦੇ ਤੋਂ ਜਾਣੂ ਹਾਂ ਮੈਂ ਸਿਰਫ ਇੰਨੀ ਬੇਨਤੀ ਕਰ ਰਿਹਾ ਵੀ ਉਸ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਵੇਲਾ ਸੀ ਨਾ ਉਦੋਂ ਵੀ ਕੋਈ ਆਪਣੀ ਲੱਖਾਂ ਦੀ ਫੌਜ ਨਹੀਂ ਸੀ ਹੋਇਆ ਕਰਦੀ
ਉਦੋਂ ਵੀ ਆਪਣੀ ਕੋਈ 10 ਲੱਖ ਦੀ ਫੌਜ ਨਹੀਂ ਸੀ ਹੋਇਆ ਕਰਦੀ ਵੀ 10 ਲੱਖ ਸਿੱਖ ਸਿਪਾਹੀ ਹੈ ਜੀ ਆਪਣੇ ਕੋਲੇ। ਮਹਾਰਾਜ ਕੋਲੇ ਗਿਣਤੀ ਦੇ ਚੁਣਿੰਦਾ ਹੀ ਸਿੱਖ ਹੋਇਆ ਕਰਦੇ ਸੀ, ਮਹਾਰਾਜ ਕੋਲੇ ਗਿਣਤੀ ਦੇ ਚੁਣਿੰਦਾ ਹੀ ਸਿੱਖ ਹੋਇਆ ਕਰਦੇ ਸੀ, ਜਿਹੜੇ ਉਂਗਲੀ ਦੇ ਪੋਟਿਆਂ ਤੇ ਗਿਣ ਲੈਂਦੇ ਸੀ ਸਤਿਗੁਰੂ ਵੀ ਆਪਣੀ ਫੌਜ ਦੇ ਵਿੱਚ ਕਿੰਨੇ ਨੇ। ਤੇ ਸਿੱਖ ਕਹਿੰਦੇ ਹੁੰਦੇ ਸੀ ਮਹਾਰਾਜ ਦੋ ਸਾਹਿਬਜ਼ਾਦੇ ਰਲਾ ਕੇ ਇੱਕ ਤੁਹਾਨੂੰ ਰਲਾ ਕੇ ਅਸੀਂ ਕੁੱਲ ਚਮਕੌਰ ਦੀ ਗੜੀ ਦੇ ਵਿੱਚ 43 ਜਣੇ ਆ। ਮਹਾਰਾਜ ਜੀ 40 ਸਿੰਘ ਨੇ, ਦੋ ਸਾਹਿਬਜ਼ਾਦੇ ਨੇ, ਇੱਕ ਤੁਸੀਂ ਹੋ, ਆਪਾਂ ਕੁੱਲ 43 ਆ ਤੇ ਬਾਹਰ 10 ਲੱਖ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਹਿਣ ਲੱਗੇ 10 ਲੱਖ ਨੂੰ ਛੱਡੋ, 10 ਲੱਖ ਨੂੰ ਭੁੱਲ ਜਾਓ, ਉਹ ਖੁਦੀ ਦੇ ਸਹਾਰੇ ਲੜਦੇ ਨੇ, ਮੈਂ ਤੁਹਾਨੂੰ ਖੁਦਾ ਦੇ ਸਹਾਰੇ ਲੜਾਵਾਂਗਾ। ਔਰ ਮੈਂ ਛਾਤੀ ਠੋਕ ਕੇ ਕਹਿਣਾ ਤੁਸੀਂ 40 ਨੇ 10 ਲੱਖ ਨੂੰ ਮੂਹਰੇ ਲਾ ਲੈਣਾ, ਤੁਸੀਂ 40 ਨੇ 10 ਲੱਖ ਨੂੰ ਮੂਹਰੇ ਲਾ ਲੈਣਾ, ਭੁੱਲ ਜਾਓ ਵੀ ਬਾਹਰ 10 ਲੱਖ ਫੌਜ ਹੈ। ਤੇ ਹੋਇਆ ਵੀ ਇੰਜੀ, ਹੋਇਆ ਵੀ ਇੰਜੀ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਜ਼ਫਰਨਾਮੇ ਦੇ ਅੰਦਰ ਅੰਕਿਤ ਕਰਦੇ ਨੇ। ਮੈਂ ਜਿੱਥੇ ਵੀ ਸਮਾਂ ਮਿਲਦਾ ਨਾ, ਇਹੋ ਜਿਹਾ ਕੋਈ ਸਬੱਬ ਹੁੰਦਾ, ਇਹੋ ਜਿਹਾ ਵਿਸ਼ਾ ਹੁੰਦਾ, ਤਾਂ ਜ਼ਫਰਨਾਮੇ ਦੀਆਂ ਉਹ ਪੰਕਤੀਆਂ ਮੈਂ ਸੰਗਤ ਦੇ ਨਾਲ ਜ਼ਰੂਰ ਸਾਂਝੀਆਂ ਕਰਿਆ ਕਰਦਾ। ਜਿਹੜਾ ਮੈਂ ਕਹਿਣਾ ਹੁੰਦਾ ਵੀ ਜੇ ਬੰਦੇ ਕਿਸੇ ਦਾ ਦਿਲ ਕਰੇ ਨਾ ਵੀ ਅੱਜ ਮੈਂ ਫਾਹ ਲਾ ਕੇ ਮਰ ਜਾਣਾ, ਮੇਰਾ ਤਾਂ ਹੈ ਹੀ ਕੋਈ ਨਹੀਂ, ਮੈਂ ਤਾਂ ਲੁੱਟਿਆ ਗਿਆ, ਬਰਬਾਦ ਹੋ ਗਿਆ, ਮੈਂ ਪੈਸੇ ਬੰਨੀਓ, ਆਰਥਿਕ ਤੰਗੀ, ਪਰਿਵਾਰਕ ਤੰਗੀ, ਕੁੱਲ ਮਿਲਾ ਕੇ ਵੀ ਅੱਜ ਮੈਂ ਮਰ ਜਾਣਾ, ਉਹ ਇੱਕ ਵਾਰੀ ਜ਼ਫਰਨਾਮਾ ਪੜ੍ਹ ਲਿਓ, ਜੇ ਮੁੜ ਕੇ ਤੁਹਾਡੇ ਜਿਹਨ ਦੇ ਵਿੱਚ ਇਹ ਗੱਲ ਵੀ ਆ ਗਈ ਤੇ ਇਹ ਭੁੱਲ ਜਾਏ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ। ਇਹ ਕਹਿਣ ਜਵਾਨੋ ਕਿਉਂ ਨਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ। ਇੱਕ ਓਅੰਕਾਰ ਹੁਕਮ ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸੋ ਰਾਜਕ ਰਿਹਾ ਕੁਨ ਰਹੀਮ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੈਸੀ ਮੌਜ ਦੇ ਵਿੱਚ ਆ ਕੇ ਲਿਖਦੇ ਨੇ, ਕੈਸੀ ਮੌਜ ਦੇ ਵਿੱਚ ਆ ਕੇ ਲਿਖਦੇ ਨੇ। ਔਰ ਔਰੰਗਜ਼ੇਬ ਨੂੰ ਕਹਿਣ ਲੱਗੇ, ਔਰੰਗਜ਼ੇਬ ਉਹ ਭਾਈ ਕੰਨ ਖੋਲ ਕੇ ਸੁਣ ਲੈ, ਕੰਨ ਖੋਲ ਕੇ ਸੁਣ ਲੈ, ਅੱਜ ਮੈਂ ਆਪਣੇ 4 ਪੁੱਤ ਸ਼ਹੀਦ ਕਰਕੇ, ਅੱਜ ਮੈਂ ਆਪਣੀ ਮਾਤਾ ਸ਼ਹੀਦ ਕਰਵਾ ਕੇ, ਅੱਜ ਮੈਂ ਆਪਣੇ ਜਾਨੋ ਪਿਆਰੇ ਸਿੰਘ ਸ਼ਹੀਦ ਕਰਾ ਕੇ, ਅੱਜ ਮੈਂ ਆਪਣਾ ਆਨੰਦਪੁਰ ਲੁਟਾ ਕੇ, ਅੱਜ ਮੈਂ ਤੈਨੂੰ ਵਿਹਲਾ ਹੋ ਕੇ ਇੱਕ ਪੱਤਰ ਲਿਖਣ ਲੱਗਿਆ, ਇਸ ਨੂੰ ਧਿਆਨ ਨਾਲ ਪੜ੍ਹੀ, ਅੱਜ ਮੈਂ ਤੈਨੂੰ ਵਿਹਲਾ ਹੋ ਕੇ ਇੱਕ ਚਿੱਠੀ ਲਿਖਣ ਲੱਗਿਆ, ਔਰ ਤੂੰ ਮੇਰਾ ਮੁਕਾਬਲਾ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਰਨਾ ਤੇ ਛੱਡ, ਮੇਰੇ ਇਸ ਬੰਦਾ ਨੂੰ ਤੂੰ ਮੁਕੰਮਲ ਤੌਰ ਤੇ ਪੜ ਜਾਏ ਤੇ ਮੈਂ ਆਪਣੇ ਆਪ ਨੂੰ ਗੋਬਿੰਦ ਸਿੰਘ ਕਹਾਣਾ ਬੰਦ ਕਰ ਦਿਆਂਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੀਨਾ ਕਾਂਗੜ ਦੀ ਧਰਤੀ ਤੋਂ ਜ਼ਫਰਨਾਮਾ ਲਿਖ ਕੇ ਭੇਜਿਆ, ਭਾਈ ਦਇਆ ਸਿੰਘ ਜੀ ਦੇ ਹੱਥ ਔਰੰਗਾਬਾਦ ਦੀ ਧਰਤੀ ਤੇ ਬੈਠਾ ਔਰੰਗਜ਼ੇਬ ਲੁਕ ਕੇ, ਔਰੰਗਜ਼ੇਬ ਲੁਕ ਕੇ ਬੈਠਾ ਔਰੰਗਾਬਾਦ ਦੀ ਧਰਤੀ ਤੇ। ਕਦੇ ਤੁਸੀਂ ਵੈਸੇ ਹਜ਼ੂਰ ਸਾਹਿਬ ਬਹੁਤ ਸੰਗਤ ਤੁਹਾਡੇ ਚੋਂ ਗਈ ਹੋਣੀ, ਕੁਝ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸੁਣਦੇ ਹੋਣੇ, ਉਹਨਾਂ ਵਿੱਚੋਂ ਵੀ ਬਹੁਤ ਲੋਕ ਸੰਗਤ ਗੁਰਮੁਖ ਪਿਆਰੇ ਹਜ਼ੂਰ ਸਾਹਿਬ ਗਏ ਹੋਣੇ। ਤੇ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਟ੍ਰੇਨ ਚੱਲਦੀ ਹੈ ਨਾ ਸੱਚਖੰਡ ਐਕਸਪ੍ਰੈਸ, ਉਹਦਾ ਰੂਟ ਹੈ ਇੱਕ ਵਾਇਆ ਸੰਗਰੂਰ ਵਿੱਚੋਂ ਦੀ ਜਾਂਦੀ ਆ, ਉਹ ਨਹੀਂ ਜਾਂਦੀ ਔਰੰਗਾਬਾਦ, ਉਹ ਦੂਜੇ ਪਾਸਿਓਂ ਖੰਡਵਾ ਵਿੱਚੋਂ ਦੀ ਹੋ ਕੇ ਚਲੀ ਜਾਂਦੀ। ਜਿਹੜੀ ਸੱਚਖੰਡ ਐਕਸਪ੍ਰੈਸ ਹੈ ਉਹ ਔਰੰਗਾਬਾਦ, ਉਹਦਾ ਰੂਟ ਹੀ ਇੱਦਾਂ ਹੈ ਵੀ ਉਹ ਸ਼ੁਰੂ ਤੋਂ ਇਸ ਰੂਟ 'ਤੇ ਜਾਂਦੀ ਹੈ। ਮੈਂ ਜਿਹੜੀ ਗੱਲ ਕਹਿਣ ਲੱਗਾ, ਔਰੰਗਾਬਾਦ ਨਾਮ ਦਾ ਇੱਕ ਸ਼ਹਿਰ ਆਉਂਦਾ ਮਹਾਰਾਸ਼ਟਰ ਦੇ ਵਿੱਚ ਹੈ,
ਔਰ ਟ੍ਰੇਨ ਦੇ ਵਿੱਚ ਜਦੋਂ ਆਪਾਂ ਬਹਿੰਦੇ ਹਾਂ ਨਾ, ਉੱਧਰ ਨੂੰ ਜਾਂਦਿਆਂ ਆਪਣੇ ਖੱਬੇ ਹੱਥ ਇੱਕ ਇਮਾਰਤ ਦਿਖਦੀ ਆ ਆਪਾਂ ਨੂੰ, ਇੱਦਾਂ ਤਿਕੋਨੀ ਜੀ ਬਣੀ ਹੁੰਦੀ ਆ ਉਹ ਆਪਾਂ ਨੂੰ ਟ੍ਰੇਨ ਦੇ ਵਿੱਚੋਂ ਦਿਖਦੀ ਆ ਉਹ। ਬੜੇ ਗੁਰਮੁਖ ਪਿਆਰੇ ਹੋ ਸਕਦਾ ਔਰੰਗਾਬਾਦ ਵੀ ਉਤਰੇ ਹੋਣ, ਕਿਉਂਕਿ ਉੱਥੇ ਭਾਈ ਦਇਆ ਸਿੰਘ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸੁਭਾਏਮਾਨ ਹੈ। ਔਰ ਇਹ ਜਿਹੜਾ ਕਿਲ੍ਹਾ ਇਹ ਵੀ ਦੇਖਣ ਵਾਲਾ, ਇਹਦੀ ਜਿਹੜੀ ਖਾਸੀਅਤ ਆ ਉਹ ਕੀ ਹੈ? ਅੰਤਲਾ ਸਮਾਂ ਔਰੰਗਜ਼ੇਬ ਨੇ ਇਸ ਕਿਲ੍ਹੇ ਦੇ ਵਿੱਚ ਗੁਜ਼ਾਰਿਆ ਸੀ। ਉਹਨੂੰ ਕਹਿੰਦੇ ਨੇ ਔਰੰਗਾਬਾਦ ਦਾ ਕਿਲ੍ਹਾ, ਦਾ ਇੰਗਲਿਸ਼ ਨੇਮ ਇਜ਼ ਔਰੰਗਾਬਾਦ ਫੋਰਟ ਉਸ ਦਾ ਨਾਮ ਹੈ। ਉਸ ਦੇ ਵਿੱਚ ਜਦੋਂ ਤੁਸੀਂ ਜਾਓ, ਆਮ ਘਰਾਂ ਦੇ ਵਿੱਚ ਆਮ ਮਹਿਲਾਂ ਦੇ ਵਿੱਚ ਕੀ ਹੁੰਦਾ ਕਿ ਹੇਠੋਂ ਦੀ ਰਾਹ ਹੁੰਦਾ ਅਤੇ ਉੱਪਰ ਨੂੰ ਚੜ੍ਹੀਦਾ, ਪਰ ਇਹਦਾ ਜਿਹੜਾ ਰਾਹ ਹੈ ਉੱਪਰੋਂ ਹੇਠਾਂ ਵੱਲ ਨੂੰ ਆਈਦਾ ਹੈ। ਅਤੇ ਸਭ ਤੋਂ ਹੇਠਾਂ ਔਰੰਗਜ਼ੇਬ ਆਪ ਬਹਿੰਦਾ ਹੁੰਦਾ ਸੀ, ਅਤੇ ਉੱਤੋਂ ਉਸਨੂੰ ਸੁਨੇਹਾ ਮਿਲਦਾ ਹੁੰਦਾ ਸੀ ਵੀ ਤੈਨੂੰ ਕੌਣ ਮਿਲਣ ਵਾਸਤੇ ਆਇਆ। ਕਹਿੰਦੇ ਵੀ ਇੰਨਾ ਜ਼ਿਆਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਡਰ ਗਿਆ ਸੀ ਵੀ ਮੈਂ ਹੋਰ ਕੀ ਕਰ ਸਕਦਾ, ਮੈਂ ਕਰ ਵੀ ਕੀ ਸਕਦਾ, ਪੁੱਤ ਸ਼ਹੀਦ ਮੈਂ ਕਰਤੇ, ਜਿਹੜੇ ਸ਼ਹਿਰ ਦੇ ਵਿੱਚ ਉਹ ਸੋਨੇ ਦਾ ਸਿੰਘਾਸਨ ਲਾ ਕੇ ਬਹਿੰਦਾ ਸੀ ਉਹ ਮੈਂ ਤਬਾਹ ਕਰਤਾ, ਜਿਹੜੇ ਸਿੰਘਾਂ ਨੂੰ ਉਹ ਜਾਨੋਂ ਵੱਧ ਕੇ ਪਿਆਰ ਕਰਦਾ ਸੀ ਉਹਨਾਂ ਦੇ ਵਿੱਚੋਂ ਕਿੰਨੇ ਮੈਂ ਸ਼ਹੀਦ ਕਰ ਦਿੱਤੇ, ਹੁਣ ਉਹਦੇ ਪੈਰਾਂ 'ਚ ਜੋੜਾ ਨਹੀਂ, ਸਿਰ 'ਤੇ ਤੋੜਾ ਨਹੀਂ, ਹੇਠਾਂ ਘੋੜਾ ਨਹੀਂ, ਅਜੇ ਵੀ ਮੇਰੇ ਤੋਂ ਵਸ ਨਹੀਂ ਆ ਰਿਹਾ, ਹੋਰ ਮੈਂ ਕੀ ਕਰ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਔਰੰਗਜ਼ੇਬ ਭੈ ਖਾਣ ਲੱਗ ਪਿਆ। ਅੱਜ ਵੀ ਆਪਣੇ ਕਿਤਾਬਾਂ ਦੇ ਵਿੱਚ ਮੁਗਲ ਇਤਿਹਾਸ ਜਿਹੜਾ ਉਹਦਾ ਜ਼ਿਕਰ ਆਉਂਦਾ, ਪਰ ਉਹਦੇ ਵਿੱਚ ਇੰਨੇ ਜ਼ਿਆਦਾ ਇਹ ਹੁਣ ਲਫ਼ਜ਼ ਕੀ ਵਰਤਾਂ, ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਹੈ।